ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਉਸ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਾਂ ਸਾਰਿਆਂ ਨੂੰ ਔਰ ਇਸ ਗੁਰੂ ਘਰ ਦੀ ਕਮੇਟੀ ਨੂੰ ਐਸਾ ਉੱਦਮ ਐਸਾ ਆਹਾਰ ਬਖਸ਼ਿਸ਼ ਕੀਤਾ ਹੈ ਜਿਸ ਦੇ ਸਦਕਾ ਅੱਜ ਆਪਾਂ ਇਹ ਸਾਰਾ ਪਰਿਵਾਰ ਸਤਿਗੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਇਕੱਤਰ ਹੋਏ ਹਨ। ਐਸੇ ਉੱਦਮ ਐਸੇ ਆਦ ਉਹ ਮਾਲਕ ਆਪ ਹੀ ਕਿਰਾਇਆ ਕਰਦਾ ਹੈ ਜਿਸ ਦੇ ਵਿੱਚ ਸਾਡਾ ਵੀ ਅਤੇ ਸੰਸਾਰ ਦਾ ਵੀ ਭਲਾ ਹੁੰਦਾ ਹੈ। ਜਿਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਵੀ ਸਮਝਾਉਂਦੇ ਆਹਾਰ ਸਭ ਕਰਦਾ ਫਿਰੇ ਆਹ ਇੱਕ ਨਾ ਹੋਏ ਨਾਨਕ ਜਿਸ ਆਹਾਰ ਜਗ ਉਭਰੇ ਵਿਰਲਾ ਦੂਜੇ ਕੋਲੇ। ਸੋ ਤੁਸੀਂ ਸਾਰਿਆਂ ਨੇ ਗੁਰੂ ਘਰ ਦੀ ਕਮੇਟੀ ਨੇ ਲੰਗਰ ਨੇ ਜੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਉਸ ਨੂੰ ਸਮਰਪਿਤ ਇਹ ਸਮਾਗਮ ਰਚਾਇਆ ਗੁਰਬਾਣੀ ਗੁਰੂ ਦਾ ਆਸਰਾ ਲਿਆ ਕਿਉਂਕਿ ਗੁਰਮੁਖ ਪਿਆਰਿਓ ਅੱਜ ਜੋ ਸਾਡਾ ਮਾਰਗ ਦਰਸ਼ਨ ਕਰ ਰਹੇ ਨੇ ਜੋ ਸਾਡੇ ਗੁਰੂ ਨੇ ਸਤਿਗੁਰੂ ਨੇ ਉਹ ਗੁਰਬਾਣੀ ਹੈ ਜੋ ਦਸਵੇਂ ਪਾਤਸ਼ਾਹ ਨੇ ਸਾਨੂੰ ਇਹਨਾਂ ਦੇ ਲੜ ਲਾ ਕੇ ਹੁਕਮ ਕੀਤਾ ਆ ਗਿਆ ਭਾਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਾਂ ਤੋਂ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੋ ਗੁਰਮੁਖ ਪਿਆਰਿਓ ਇਸ ਬਾਣੀ ਦੇ ਮੋਹਿਤ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਹਨ। ਉਹਨਾਂ ਨੇ ਇਹ ਸਾਰੀ ਬਾਣੀ ਜੋ ਚੌਥੇ ਪਾਤਸ਼ਾਹ ਸੀ ਇਸ ਨੂੰ ਇਕੱਤਰ ਕਰਾਇਆ ਇਕੱਤਰ ਕਰਕੇ ਉਸ ਨੂੰ ਪੋਥੀ ਪਰਮੇਸ਼ਰ ਕਾਥਲ ਦਾ ਨਾਂ ਦਿੱਤਾ।
ਕਹਿਣ ਤੋਂ ਭਾਵ ਇਹ ਉਹਨਾਂ ਜੀਵਾਂ ਦੇ ਬਚਨ ਸਨ ਜਿਨ੍ਹਾਂ ਨੇ ਉਸ ਮਾਲਕ ਦੇ ਨਾਲ ਮਿਲਾਪ ਕੀਤਾ, ਚਾਹੇ ਉਹ ਇਸ ਸੰਸਾਰ ਉੱਤੇ ਉਸ ਮਾਲਕ ਵੱਲੋਂ ਧੁਰ ਦਰਗਾਹ ਤੋਂ ਥਾਪੇ ਆਏ, ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ, ਜਾਂ ਜਿਹੜੇ ਜੀਵਾਂ ਨੇ ਇੱਥੇ ਆ ਕੇ ਸੰਗਤ ਕਰਕੇ ਉਸ ਮਾਲਕ ਦੇ ਨਾਲ ਮਿਲਾਪ ਕੀਤਾ, ਉਹ ਮਿਲਾਪ ਉਹਨਾਂ ਦਾ ਕਿਵੇਂ ਹੋਇਆ, ਉਸ ਮਿਲਾਪ ਨੂੰ ਕਰਦੇ ਸਮੇਂ ਉਸ ਰਸਤੇ ਵਿੱਚ ਕੀ ਕੀ ਮੁਸ਼ਕਲਾਂ ਆਈਆਂ, ਉਹਨਾਂ ਨੂੰ ਕਿਵੇਂ ਦੂਰ ਕੀਤਾ, ਕੀ ਨਿਸ਼ਾਨੀਆਂ ਪ੍ਰਗਟ ਹੋਈਆਂ, ਉਹ ਸਾਰਾ ਉਹਨਾਂ ਗੁਰਮੁਖਾਂ ਦੇ ਰਾਹੀਂ ਅੱਜ ਸਾਨੂੰ ਇਹ ਸਤਿਗੁਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਮਝਾ ਰਹੀ ਹੈ। ਹੁਣ ਗੁਰਮੁਖ ਪਿਆਰਿਓ, ਆਪ ਜੀ ਗੁਰਮੁਖਾਂ ਪਾਸੋਂ ਮਹਾਰਾਜ ਸੱਚੇ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਦਾ ਇਤਿਹਾਸ ਸਰਵਣ ਕਰ ਰਹੇ ਸੀ, ਜਿਸ ਦੇ ਵਿੱਚ ਆਪਾਂ ਦੇਖਦੇ ਹਾਂ ਇਤਿਹਾਸ ਮੁਤਾਬਕ ਆਪਾਂ ਨੂੰ ਸੁਣਨ ਨੂੰ ਮਿਲਦਾ ਹੈ ਵੀ ਕਈ ਕਾਰਨ ਸਮਝੇ ਜਾਂਦੇ ਨੇ ਉਹਨਾਂ ਦੀ ਸ਼ਹੀਦੀ ਦੇ। ਚੰਦੂ ਦਾ ਪਰਿਵਾਰ ਦੇ ਵਿੱਚ ਵਿਚਾਰਾਂ ਦਾ ਟਕਰਾਅ ਹੋਣਾ ਵੱਡੇ ਭਰਾ ਪ੍ਰਿਥੀ ਚੰਦ ਵੱਲੋਂ, ਔਰ ਦੂਸਰਾ ਸਭ ਤੋਂ ਵੱਧ ਇਹ ਸਮਝਿਆ ਜਾਂਦਾ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸੱਚ ਦਾ ਪ੍ਰਚਾਰ ਕਰ ਰਹੇ ਸਨ ਅਤੇ ਐਸਾ ਪਿਆਰ ਦਾ ਸੰਦੇਸ਼ ਦੇ ਰਹੇ ਸਨ ਜੋ ਉਹਨਾਂ ਨੇ ਇਹ ਹਰਿਮੰਦਰ ਦੀ ਸੇਵਾ ਵਿੱਚ ਯੋਗਦਾਨ ਪਾਇਆ, ਔਰ ਹਰਿਮੰਦਰ ਚੌਥੇ ਅਤੇ ਪੰਜਵੇਂ ਪਾਤਸ਼ਾਹ ਦੀ ਕਿਰਪਾ ਦੁਆਰਾ ਉਸ ਮਾਲਕ ਤੋਂ ਇਜਾਜ਼ਤ ਲੈ ਕੇ ਹੋਂਦ ਵਿੱਚ ਆਇਆ। ਲੇਕਿਨ ਸਾਨੂੰ ਉਸ ਹਰਿਮੰਦਰ ਦਾ ਵੇਰਵਾ ਦੇ ਕੇ ਇਹ ਸਮਝਾਉਣਾ ਕਰ ਰਹੇ ਸਨ ਕਿ ਜਿਹੜਾ ਇਹ ਸਰੀਰ ਹਰੀ ਦਾ ਮੰਦਰ ਹੈ ਜੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਰਿਮੰਦਰ ਇਹੋ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ। ਲੇਕਿਨ ਜਿਹੜੇ ਜੀਵ ਉਦੋਂ ਦੁਬਧਾ ਵੱਸ ਸਨ ਜਾਂ ਜਿਹੜੇ ਆਪਦੇ ਆਪ ਨੂੰ ਧਾਰਮਿਕ ਆਗੂ ਕਹਾਉਂਦੇ ਸਨ, ਉਸ ਸਮੇਂ ਧਰਮ ਦੇ ਮੁਖੀ ਸਮਝੇ ਜਾਂਦੇ ਸਨ, ਹੁਣ ਮਹਾਰਾਜ ਦੇ ਪਿਆਰ ਦੇ ਸੰਦੇਸ਼ੇ ਕਰਕੇ ਜਿਹੜੇ ਜੀਵ ਸੀ ਉਹਨਾਂ ਦਾ ਝੁਕਾਅ ਇਸ ਪਾਸੇ ਨੂੰ ਹੋ ਗਿਆ, ਸੰਗਤ ਨੇ ਇਸ ਪਾਸੇ ਨੂੰ ਬਹਾਲ ਕਰ ਲਿਆ, ਜਿਸ ਕਰਕੇ ਉਹਨਾਂ ਜੀਵਾਂ ਤੋਂ ਜਰਿਆ ਨਾ ਗਿਆ ਵੀ ਜੇ ਪੰਜਵੇਂ ਪਾਤਸ਼ਾਹ ਇਸੇ ਤਰ੍ਹਾਂ ਪ੍ਰਚਾਰ ਕਰਦੇ ਰਹੇ ਤਾਂ ਇਹਨਾਂ ਜੀਵਾਂ ਨੇ ਸਾਰਿਆਂ ਨੇ ਗੁਰੂ ਘਰ ਨਾਲ ਜੁੜ ਜਾਣਾ ਅਤੇ ਸਾਡੇ ਕੋਲ ਕਿਸੇ ਜੀਵ ਨੇ ਸਾਡਾ ਉਪਦੇਸ਼ ਸੁਣਨ ਵਾਸਤੇ ਨਹੀਂ ਆਉਣਾ। ਸਾਡੇ ਧਰਮ ਨਾਲੋਂ ਜੀਵ ਟੁੱਟ ਕੇ ਉਸ ਪਾਸੇ ਜਾ ਰਹੇ ਨੇ। ਇਸ ਕਰਕੇ ਉਸ ਸਮੇਂ ਦੇ ਜਿਹੜੇ ਵਿਦਵਾਨ ਸੀ ਉਹਨਾਂ ਨੂੰ ਪੰਡਿਤ ਕਹਿ ਲਓ, ਮੌਲਵੀ ਕਹਿ ਲਓ, ਜੋ ਵੀ, ਉਹਨਾਂ ਨੇ ਇਹ ਸਾਰੀ ਗੱਲ ਬਾਦਸ਼ਾਹ ਤੱਕ ਪਹੁੰਚਾਉਣੀ ਸ਼ੁਰੂ ਕੀਤੀ ਕਿ ਦੇਖੋ ਜੀ ਉਹਨਾਂ ਦਾ ਪ੍ਰਚਾਰ ਜਾਂ ਉਹਨਾਂ ਦੇ ਵਿਖਾਰ ਬਿਨ ਤੋਂ ਜਿਹੜਾ ਵੀ ਜੀਵ ਉਸ ਅੱਲਾ ਤਾਲਾ ਦੀ ਉਸਤਤ ਸੁਣਦਾ ਹੈ
ਪਰਮਾਤਮਾ ਦੀ ਉਸਤਤ ਸੁਣਦਾ ਹੈ, ਵਾਹਿਗੁਰੂ ਦੀ ਉਸਤਤ ਸੁਣਦਾ ਹੈ, ਉਹ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਹੋ ਕੇ ਰਹਿ ਜਾਂਦਾ ਹੈ। ਜੇ ਉਹ ਇਸੇ ਤਰ੍ਹਾਂ ਸਮਝਾਉਂਦੇ ਰਹੇ ਸਾਰਿਆਂ ਨੂੰ ਵੀ ਸਾਰਿਆਂ ਦਾ ਪਿਤਾ ਇੱਕ ਹੈ, ਦੂਸਰਾ ਹੈ ਹੀ ਨਹੀਂ ਕੋਈ, ਨਾ ਕੋਈ ਇੱਥੇ ਹਿੰਦੂ ਹੈ, ਨਾ ਕੋਈ ਮੁਸਲਮਾਨ ਹੈ, ਸਾਰਾ ਉਸ ਪਰਮਾਤਮਾ ਦਾ ਸਰਵਮ ਸਰੂਪ ਹੈ। ਅਤੇ ਲੋਕਾਂ ਨੂੰ ਇਹ ਸਮਝ ਵੀ ਆਉਣ ਲੱਗ ਪਿਆ, ਇਸ ਕਰਕੇ ਉਹ ਇਸ ਤਰੀਕੇ ਨਾਲ ਨਾ ਪਰਮਾਤਮਾ ਨੂੰ ਯਾਦ ਕਰਵਾ ਰਹੇ ਨੇ ਲੋਕਾਂ ਨੂੰ ਕਿ ਉਹਨਾਂ ਦੇ ਮਨ ਸੁਖੀ ਹੋਣੇ ਸ਼ੁਰੂ ਹੋ ਗਏ ਨੇ, ਉਹਨਾਂ ਦੇ ਮਨ 'ਚੋਂ, ਉਹਨਾਂ ਦੇ ਘਰਾਂ 'ਚੋਂ ਇਹ ਕਲੇਸ਼ ਖਤਮ ਹੋਣਾ ਸ਼ੁਰੂ ਹੋ ਗਿਆ ਹੈ, ਉਹਨਾਂ ਦਾ ਆਰਥਿਕ ਪੱਖ ਮਜ਼ਬੂਤ ਹੋਣਾ ਸ਼ੁਰੂ ਹੋ ਗਿਆ ਹੈ। ਇਸ ਕਰਕੇ ਆਪਣੇ ਪੰਥ ਨੂੰ, ਆਪਣੇ ਧਰਮ ਨੂੰ ਇਹ ਬਹੁਤ ਵੱਡੀ ਢਾਲ ਆ ਰਹੇ ਨੇ। ਅਜਿਹਾ ਨਾ ਹੋਏ ਕਿ ਜੇ ਇਹਨਾਂ ਦਾ ਧਰਮ ਇਸੇ ਤਰ੍ਹਾਂ ਫੈਲਦਾ ਗਿਆ ਤਾਂ ਇਹ ਰਾਜ ਪਲਟਾ ਕਰ ਦੇਣਗੇ, ਤੁਹਾਡੀ ਵੀ ਗੱਦੀ ਖੁੱਸਣ ਦਾ ਚਾਂਸ ਹੋ ਸਕਦਾ, ਰਾਜ ਵੀ ਉਹਨਾਂ ਕੋਲ ਚਲਾ ਜਾਏਗਾ। ਇਸ ਕਰਕੇ ਇਹਨਾਂ ਨੂੰ ਲੋਕ ਬਹੁਤ ਜ਼ਿਆਦਾ ਭੇਟਾਂ, ਇਹ ਪੈਸਾ ਧਨ ਦੇਣਾ ਸ਼ੁਰੂ ਕਰ ਦਿੱਤਾ, ਇਹ ਕੋਈ ਟੈਕਸ ਨਹੀਂ ਦਿੰਦੇ ਸਰਕਾਰ ਨੂੰ, ਇਹ ਸਾਰੇ ਜਿਹੜੇ ਕਾਰਨ ਸੀ ਬਹਾਨਾ ਬਣਾ ਕੇ ਉਸ ਸ਼ਹੀਦੀ ਵੱਲ ਨੂੰ ਵਧੇ। ਲੇਕਿਨ ਗੁਰਮੁਖ ਪਿਆਰਿਓ, ਜੋ ਸਤਿਗੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਫਰਮਾਨ ਹੈ, ਸਾਨੂੰ ਜਦੋਂ ਵੀ ਇੱਥੇ ਭੇਜਿਆ ਜਾਂਦਾ ਹੈ, ਭੇਜਣ ਤੋਂ ਪਹਿਲਾਂ ਸਾਡਾ ਵਾਪਸ ਆਉਣ ਦਾ ਸਮਾਂ ਜਿਹੜਾ ਹੈ ਉਹ ਨਿਸ਼ਚਿਤ ਕੀਤਾ ਜਾਂਦਾ ਹੈ, ਜਿਸ ਨੂੰ ਅਸੀਂ ਸੰਸਾਰ ਦੀ ਭਾਸ਼ਾ 'ਚ ਮਰਨ ਕਹਿੰਦੇ ਹਾਂ, ਜਿਸ ਨੂੰ ਮਹਾਰਾਜ ਕਹਿੰਦੇ ਕਿ ਮਰਨ ਲਿਖਾਏ ਮੰਡਲ ਮੈਂ ਆਏ। ਇਹ ਜਿਹੜਾ ਮਰਨ ਹੈ ਇਹ ਨਿਸ਼ਚਿਤ ਕੀਤਾ ਜਾਂਦਾ ਸਵਾਸਾਂ ਦੇ ਰਾਹੀਂ, ਸਾਨੂੰ ਇਹ ਸਵਾਸ ਗਿਣ ਕੇ ਦਿੱਤੇ ਜਾਂਦੇ ਨੇ, ਜਿਸ ਨੂੰ ਮਹਾਰਾਜ ਕਹਿੰਦੇ ਨੇ ਕਿ ਗਿਣ ਘਾਲੇ ਸਭ ਜਗ ਸਾਸ ਮੈਂ ਬੜਨ ਘਟਨ ਤਿਲ ਸਾਰ। ਉਹ ਸਵਾਸ ਪੂਰੇ ਹੋਣ ਤੋਂ ਬਾਅਦ ਸਾਨੂੰ ਇਸ ਸੰਸਾਰ ਤੋਂ ਜਾਣਾ ਪੈਂਦਾ, ਚਾਹੇ ਸਾਡਾ ਬਚਪਨ ਹੋਵੇ, ਚਾਹੇ ਜਵਾਨੀ ਹੋਵੇ, ਚਾਹੇ ਬੁਢਾਪਾ ਹੋਵੇ। ਇਸ ਕਰਕੇ ਇਤਿਹਾਸ ਮੁਤਾਬਕ ਦੱਸਦੇ ਨੇ ਕਿ ਸਰੀਰ ਕਰਕੇ ਪੰਜਵੇਂ ਪਾਤਸ਼ਾਹ ਦੀ 43 ਸਾਲ ਦੀ ਉਮਰ ਸੀ ਜਦੋਂ ਉਹ ਇੱਥੋਂ ਚਲੇ ਗਏ ਦੇਹ ਕਰਕੇ। ਇਸ ਕਰਕੇ ਗੁਰੂ ਪਿਆਰਿਓ, ਆਪਾਂ ਵੀ ਜਿੰਨੇ ਜੀਵ ਇੱਥੇ ਬੈਠੇ, ਆਪਾਂ ਵੀ ਉਸ ਅਕਾਲ ਪੁਰਖ ਦੇ ਬੱਚੇ, ਸਾਡਾ ਉਹ ਪਿਤਾ, ਸਾਨੂੰ ਵੀ ਉਹਨੇ ਗਿਣਤੀ ਦਾ ਧਨ ਦੇ ਕੇ ਇਸ ਲੋਕ ਦੇ ਵਿੱਚ ਭੇਜਿਆ। ਲੇਕਿਨ ਸਾਡਾ ਇਸ ਲੋਕ ਦੇ ਵਿੱਚ ਆਉਣ ਦਾ ਮਨੋਰਥ ਕੀ ਹੈ? ਮਹਾਰਾਜ ਸਾਨੂੰ ਗੁਰਬਾਣੀ ਵਿੱਚ ਸਮਝਾਉਂਦੇ ਨੇ, ਭਈ ਪ੍ਰਾਪਤ ਮਾਨੁੱਖ ਦਿਹਰੀ ਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ, ਅਵਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ ਭੱਜ ਕੇ ਅਮਲ ਨਾਮ।
ਹੁਣ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਸੰਸਾਰ 'ਤੇ ਆ ਕੇ ਚੌਥੇ ਪਾਤਸ਼ਾਹ ਦੀ ਸੰਗਤ ਕਰਕੇ ਆਪਦਾ ਇਹ ਜੀਵਨ ਦਾ ਮਕਸਦ ਜਿਹੜਾ ਸੀ ਉਹ ਪੂਰਾ ਕਰ ਲਿਆ ਸੀ, ਜਿਸ ਕਰਕੇ ਮਾਲਕ ਵੱਲੋਂ ਖਜ਼ਾਨਾ ਮਿਲਣ 'ਤੇ ਉਹਨਾਂ ਨੇ ਉਹ ਖਜ਼ਾਨਾ ਅੱਗੇ ਵੰਡਣਾ ਸ਼ੁਰੂ ਕੀਤਾ। ਹੁਣ ਗੁਰਮੁਖ ਪਿਆਰਿਓ ਨਾਲ ਮਹਾਰਾਜ ਸਾਨੂੰ ਸਮਝਾਉਂਦੇ ਨੇ ਵੀ ਅਸੀਂ ਸਾਰਿਆਂ ਦੇ ਨਾਮ ਅਤੇ ਸੱਚ ਦੇ ਨਾਲ ਇੰਨਾ ਪਿਆਰ ਪਾਉਣਾ ਹੈ, ਇਹ ਨਹੀਂ ਪਤਾ ਵੀ ਅੰਤ ਸਮੇਂ ਸਾਨੂੰ ਦੇਹ ਛੱਡਣ ਦਾ ਕੀ ਬਹਾਨਾ ਬਣੇ, ਸਾਡਾ ਐਕਸੀਡੈਂਟ ਹੋਏ ਜਾਂ ਕੋਈ ਹੋਰ ਕਾਰਨ ਬਣੇ। ਮਹਾਰਾਜ ਗੁਰਬਾਣੀ ਵੀ ਸਮਝਾਉਂਦੇ ਨੇ, ਕਿਹਾ ਜਾਣਾ ਕਿ ਮਰੇਗੇ ਕੈਸਾ ਮਰਨਾ ਹੋਏ, ਜੇਕਰ ਸਹਿ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਹੁਣ ਸੰਸਾਰ ਦੇ ਵਿੱਚ ਦੇਖੋ ਸਰੀਰ ਕਰਕੇ ਜਿਹੜੇ ਮਨਮੁੱਖ ਜੀਵ ਸੀਗੇ ਉਹਨਾਂ ਨੇ ਸੱਚੇ ਪਾਤਸ਼ਾਹ ਨੂੰ ਕੋਈ ਤਸੀਹੇ ਦੇਣ ਵਾਲੀ ਕਸਰ ਨਹੀਂ ਛੱਡੀ। ਸਰੀਰ ਵਾਸਤੇ ਤਸੀਹਾ ਕੀ ਹੁੰਦਾ ਹੈ? ਭੁੱਖ, ਅਤੇ ਫਿਰ ਦੇਖੋ ਗਰਮ ਰੇਤਾ, ਗਰਮ ਪਾਣੀ, ਤੱਤੀ ਤਵੀ, ਇਸ ਤੋਂ ਉੱਪਰ ਤਾਂ ਕੁਛ ਹੋ ਨਹੀਂ ਸਕਦਾ। ਲੇਕਿਨ ਉਹਨਾਂ ਨੇ ਸਾਡੇ ਵਾਸਤੇ ਪੂਰਨੇ ਪਾ ਦਿੱਤੇ ਵੀ ਕਹਿੰਦੇ ਪੁੱਤ ਇਸ ਸੰਸਾਰ ਦੇ ਵਿੱਚ ਅਵਸਥਾ ਕਿਸ ਤਰ੍ਹਾਂ ਦੀ ਆ ਸਕਦੀ ਹੈ, ਕਿਉਂਕਿ ਇਸ ਲੋਕ ਦਾ ਮੁਖੀ ਕਾਲ ਹੈ, ਇਹ ਜਿਹੜੀ ਕਾਇਆ ਹੈ, ਇਹ ਜਿਹੜਾ ਸਰੀਰ ਹੈ, ਇਹ ਉਸਦਾ ਹੈ, ਜਿਸ ਨੂੰ ਮਹਾਰਾਜ ਕਹਿੰਦੇ ਨੇ ਕਿ ਇਹ ਸਰੀਰ ਸਭ ਮੂਲ ਹੈ ਮਾਇਆ। ਲੇਕਿਨ ਕਹਿੰਦੇ ਸਾਡਾ ਮਨ ਇਹ ਸਰੀਰ ਤੋਂ ਉੱਪਰ ਉੱਠ ਗਿਆ, ਅਸੀਂ ਨਾਮ ਨਾਲ ਜੁੜ ਗਏ, ਆਪਦੇ ਮਾਤਾ ਪਿਤਾ ਨਾਲ ਜੁੜ ਗਏ। ਜਿਸ ਤਰ੍ਹਾਂ ਕਹਿੰਦੇ ਦ੍ਰਿਸ਼ਟਮਾਨ ਘਰ ਹੁੰਦਾ ਹੈ ਇੱਕ ਇੱਟਾਂ ਦਾ, ਜੇਕਰ ਕੋਈ ਉਸਨੂੰ ਢਾਉਣਾ ਸ਼ੁਰੂ ਕਰੇ ਤਾਂ ਮਕਾਨ ਮਾਲਕ ਨੂੰ ਪਤਾ ਨਾ ਲੱਗੇ ਮੈਂ ਕਿੱਥੋਂ ਦੀ ਬਾਹਰ ਜਾਵਾਂ, ਫਿਰ ਦੁਖੀ ਹੋਏਗਾ। ਜੇਕਰ ਉਸਨੂੰ ਪਤਾ ਹੈ ਉਹ ਬਾਹਰ ਨਿਕਲ ਜਾਏਗਾ। ਇਸੇ ਤਰ੍ਹਾਂ ਕੋਈ ਜੇ ਬੇਗਾਨੇ ਘਰ ਵਿੱਚ ਹੈ ਉਹਨੂੰ ਕੋਈ ਦਿੱਕਤ ਨਹੀਂ, ਕੋਈ ਢਾਏਗਾ ਤਾਂ ਬਾਹਰ ਨਿਕਲ ਜਾਏਗਾ। ਕਹਿੰਦੇ ਇਸੇ ਤਰ੍ਹਾਂ ਇਹ ਸਰੀਰ ਜਦੋਂ ਸਾਡਾ ਹੀ ਨਹੀਂ, ਅਸੀਂ ਇਸ ਤੋਂ ਉੱਪਰ ਉੱਠ ਗਏ ਤਾਂ ਕਾਲ ਜੋ ਮਰਜ਼ੀ ਕਰੇ ਢਾਈ ਜਾਵੇ। ਮਹਾਰਾਜ ਕੀ ਸਮਝਾਉਂਦੇ? ਸੱਚੇ ਪਾਤਸ਼ਾਹ ਫਰਮਾ ਰਹੇ ਨੇ, ਕਹਿੰਦੇ ਆਪਣ ਨਹੀਂ ਤਨ ਕਾ ਕੋ ਗਰਭਾ, ਰਾਜ ਮਿਲਖ ਆਪਣ ਨਹੀਂ ਗਰਭਾ, ਆਪਣ ਨਹੀਂ ਕਾ ਕੋ ਲਪਟਾਇਓ, ਆਪਣ ਨਾਮ ਸਤਿਗੁਰ ਤੇ ਪਾਇਓ। ਕਹਿੰਦੇ ਹੁਣ ਅਸੀਂ ਨਾਮ ਦੇ ਵਿੱਚ ਸਮਾ ਗਏ ਹਾਂ, ਇਸ ਕਰਕੇ ਸਾਨੂੰ ਅਵਚਲ ਰਾਜ ਪ੍ਰਾਪਤ ਹੋ ਗਿਆ, ਸਾਨੂੰ ਸਾਰੀ ਸ੍ਰਿਸ਼ਟੀ ਦਾ ਰਾਜ ਹੀ ਮਿਲ ਗਿਆ। ਮਹਾਰਾਜ ਕੀ ਸਮਝਾਉਂਦੇ? ਰਾਜਾ ਸਗਲੀ ਸਿਸ਼ਟ ਕਾ ਹਰ ਨਾਮ ਮਨ ਪਿੰਨਾ। ਇਸ ਕਰਕੇ ਆਓ ਗੁਰੂ ਪਿਆਰਿਓ, ਫਿਰ ਅੱਗੇ ਆਪਾਂ ਵਿਚਾਰ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਉਸ ਅਕਾਲ ਪੁਰਖ ਦਾ ਧੰਨਵਾਦ ਕਰੀਏ ਕਿ ਮਹਾਰਾਜ ਸੱਚੇ ਪਾਤਸ਼ਾਹ ਇਸ ਮਾਤ ਲੋਕ 'ਤੇ ਤੁਸੀਂ ਐਸੀ ਰੂਹ ਨੂੰ ਭੇਜਿਆ ਜਿਨ੍ਹਾਂ ਨੇ ਇੱਥੇ ਆ ਕੇ ਸਾਡੇ ਵਾਸਤੇ ਐਸੇ ਪੂਰਨੇ ਪਾਏ ਕਿ ਅਸੀਂ ਇਸ ਲੋਕ ਦੇ ਵਿੱਚ ਡੋਲ ਨਾ ਸਕੀਏ।
ਜੋ ਸਾਡੇ ਜੀਵਨ ਦਾ ਮਕਸਦ ਹੈ ਉਸ ਨੂੰ ਪੂਰਾ ਕਰ ਸਕੀਏ। ਇੱਥੋਂ ਤੱਕ ਕਹਿਤਾ ਵੀ ਭਾਵੇਂ ਦੁੱਖ ਹੋਵੇ ਭਾਵੇਂ ਭੁੱਖ ਹੋਵੇ, ਪਰ ਉਹ ਨਹੀਂ ਵਿਸਰਨਾ ਚਾਹੀਦਾ। ਸੋ ਆਓ ਆਪਾਂ ਉਹਨਾਂ ਦੀ ਯਾਦ ਵਿੱਚ 2 ਮਿੰਟ ਵਾਸਤੇ ਸਿਮਰਨ ਕਰੀਏ। ਕਰੋ ਜੀ ਸ਼ੁਰੂ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਅੱਜ ਵੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਸ਼ਹੀਦਾਂ ਦੇ ਸਰਤਾਜ, ਗੁਰਬਾਣੀ ਰਾਹੀਂ ਸਾਡਾ ਮਾਰਗ ਦਰਸ਼ਨ ਕਰ ਰਹੇ ਨੇ। ਹੁਣ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਸਾਰ ਦੇ ਜੀਵਾਂ ਨੂੰ ਇਹ ਸਮਝਾਉਣਾ ਸ਼ੁਰੂ ਕੀਤਾ ਕਿ ਦੇਖੋ ਪੁੱਤ, ਅਸੀਂ ਇਸ ਲੋਕ ਦੇ ਰਹਿਣ ਵਾਲੇ ਨਹੀਂ। ਇਹ ਜਿਹੜਾ ਦੇਸ਼ ਹੈ ਇਹ ਬੇਗਾਨਾ ਹੈ, ਅਤੇ ਬੇਗਾਨੇ ਦੇਸ਼ ਦੇ ਵਿੱਚ ਕੋਈ ਸੁਖੀ ਨਹੀਂ ਹੋ ਸਕਦਾ। ਮਹਾਰਾਜ ਕੀ ਕਹਿੰਦੇ, ਮਨ ਪਰਦੇਸੀ ਜੇ ਥੀਏ ਸਭ ਦੇਸ਼ ਪਰਾਇਆ, ਕਿਸ ਪੈ ਖੋਲੂ ਗੰਠੜੀ, ਦੁਖੀ ਪਰ ਆਇਆ ਦੁਖੀ ਪਰ ਆਇਆ, ਜਗਤ ਸਬਾਇਆ ਕੌਣ ਜਾਣੇ ਬਿਦ ਮੇਰੀ ਆਰਾਮ। ਕਹਿੰਦੇ ਅਸੀਂ ਰਹਿਣ ਵਾਲੇ ਹਾਂ ਪਰਲੋਕ ਦੇ, ਸਾਡੇ ਮਨ ਦਾ ਘਰ ਹੈ ਨਿਜ ਮਹਿਲ ਥਿਰ ਘਰ ਦਰਗਾਹ ਪਰਲੋਕ। ਜੋ ਅਸੀਂ ਰੋਜ਼ ਪੜ੍ਹਦੇ ਹਾਂ, ਨਿਜ ਘਰ ਮਹਿਲ ਪਾਓ ਸੁਖ ਸਹਿਜੇ, ਬੋਰ ਨਾ ਹੋਏ ਹੋ ਫੇਰਾ।
ਫਿਰ ਉਹਨਾਂ ਨੇ ਸਾਨੂੰ ਸਾਡੇ ਘਰ ਦੀ ਨਿਸ਼ਾਨੀ ਦੱਸੀ ਆ। ਜਿਵੇਂ ਆਪਾਂ ਦੇਖਦੇ ਸੰਸਾਰ ਦੇ ਵਿੱਚ ਜੋ ਗੁਰੂ ਘਰ ਦਾ ਨਿਸ਼ਾਨ ਹੋਇਆ ਕਰਦਾ ਹੈ ਉਸਨੂੰ ਆਪਾਂ ਨਿਸ਼ਾਨ ਸਾਹਿਬ ਕਹਿੰਦੇ ਹਾਂ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨੇ ਜੋ ਸਾਡਾ ਨਿੱਜ ਘਰ ਹੈ ਉਸ ਦਾ ਨਿਸ਼ਾਨ ਜੋ ਹੈ ਉਹ ਨਾਮ ਹੈ। ਉੱਥੇ ਦਿਨ ਰਾਤ ਦੇ ਨਾਦ ਚੱਲ ਰਿਹਾ, ਸ਼ਬਦ ਚੱਲ ਰਿਹਾ। ਮਹਾਰਾਜ ਕੀ ਸਮਝਾਉਂਦੇ, ਕਹਿੰਦੇ ਨੌਂ ਦਰ ਠਾਕੇ ਧਾਵ ਧਰਹਾਏ, ਦਸਵੇਂ ਨਿੱਜ ਘਰ ਵਾਸਾ ਪਾਏ, ਉੱਥੇ ਅਨਹਦ ਸ਼ਬਦ ਵੱਜੇ ਦਿਨ ਰਾਤੀ। ਗੁਰਮਤੀ ਸ਼ਬਦ ਸੁਣਾਉਂਦੇ ਆ, ਕਹਿੰਦੇ ਉੱਥੇ ਦਿਨ ਰਾਤ ਉਹ ਨਾਦ ਵੱਜ ਰਿਹਾ ਹੈ। ਜੇਕਰ ਤੁਸੀਂ ਗੁਰੂ ਦੀ ਮੱਤ ਵਿੱਚ ਆਓਗੇ ਫਿਰ ਸੁਣੇਗਾ। ਜਿਸ ਤਰ੍ਹਾਂ ਆਪਾਂ ਦੇਖਦੇ ਗੁਰੂ ਘਰ ਦੇ ਵਿੱਚ ਆਪਾਂ ਨੂੰ ਗੁਰੂ ਘਰ ਦੇ ਵਜ਼ੀਰ ਹੁਕਮ ਸੁਣਾਉਂਦੇ ਨੇ, ਉਸ ਤੋਂ ਬਾਅਦ ਪ੍ਰਸ਼ਾਦ ਦਿੰਦੇ ਨੇ, ਫਿਰ ਆਪਾਂ ਪ੍ਰਸ਼ਾਦਾ ਛਕਦੇ ਹਾਂ। ਸਾਨੂੰ ਉਹ ਸਮਝਾਉਂਦੇ ਨੇ ਜੋ ਸਾਡਾ ਘਰ ਹੈ ਉੱਥੇ ਸਾਨੂੰ ਉਸ ਪਰਮਾਤਮਾ ਵੱਲੋਂ ਹੁਕਮ ਸੁਣਾਇਆ ਜਾਂਦਾ। ਜਿਸ ਨੂੰ ਮਹਾਰਾਜ ਗੁਰਬਾਣੀ ਵੀ ਸਮਝਾਉਂਦੇ ਨੇ ਕਿ ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬਜਾਏ ਜੀ। ਉੱਥੇ ਨਾਮ ਸੁਣਾਉਂਦੇ ਸਾਨੂੰ ਨਾਦ। ਫਿਰ ਸਾਨੂੰ ਉੱਥੇ ਜਿਹੜਾ ਪ੍ਰਸ਼ਾਦ ਹੈ ਉਹ ਅੰਮ੍ਰਿਤ ਵੰਡਿਆ ਜਾਂਦਾ ਹੈ। ਜਿਸ ਨੂੰ ਮਹਾਰਾਜ ਗੁਰਬਾਣੀ ਵੀ ਸਮਝਾਉਂਦੇ, ਕਹਿੰਦੇ ਉੱਥੇ ਅੰਮ੍ਰਿਤ ਵੰਡੀਏ ਸੁਖੀਆ ਹਰ ਕਰਨੇ। ਫਿਰ ਉੱਥੇ ਅਸੀਂ ਪ੍ਰਸ਼ਾਦਾ ਛਕਦੇ ਹਾਂ, ਜਿਵੇਂ ਗੁਰੂ ਘਰ ਦੀ ਪਰੰਪਰਾ ਇੱਥੇ, ਉੱਥੇ ਅਸੀਂ ਪ੍ਰਸ਼ਾਦਾ ਵੀ ਅੰਮ੍ਰਿਤ ਛਕਦੇ ਹਾਂ, ਜਿਸ ਦੇ ਨਾਲ ਸਾਡਾ ਜਿਹੜਾ ਮਨ ਹੈ ਉਹ ਤ੍ਰਿਪਤ ਹੋ ਜਾਂਦਾ ਹੈ। ਮਹਾਰਾਜ ਕੀ ਸਮਝਾਉਂਦੇ, ਧਾਵਤ ਥੰਮਿਆ ਸਤਿਗੁਰ ਮਿਲੀਏ ਦਸਵਾਂ ਦੁਆਰ ਪਾਇਆ, ਤਿੱਥੇ ਅੰਮ੍ਰਿਤ ਭੋਜਨ ਸਹਿਜ ਤੁਹਾਨੂੰ ਪੁਜੇ, ਜਿੱਤ ਸ਼ਬਦ ਜਗ ਥੰਮ ਰਹਾਇਆ। ਹੁਣ ਮਹਾਰਾਜ ਕਹਿੰਦੇ ਨੇ ਵੀ ਜੇ ਅਸੀਂ ਆਪਦੇ ਘਰ ਵਸਣਾ ਸ਼ੁਰੂ ਕਰ ਲਿਆ ਤਾਂ ਇੱਥੋਂ ਦਾ ਸਾਡਾ ਕਾਰਜ ਉਹ ਪਰਮਾਤਮਾ ਆਪ ਹੀ ਸੰਭਾਲ ਲੈਂਦਾ। ਜਿਸ ਨੂੰ ਮਹਾਰਾਜ ਗੁਰਬਾਣੀ ਵੀ ਸਮਝਾਉਂਦੇ ਨੇ, ਥਿਰ ਕਰ ਵੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਲੇਕਿਨ ਕਹਿੰਦੇ ਪੁੱਤ ਜੋ ਇਹ ਸਰੀਰ ਹੈ ਇਹ ਮਾਇਆ ਦਾ ਮੂਲ ਆ, ਇਹ ਸਰੀਰ ਸਭ ਮੂਲ ਹੈ ਮਾਇਆ। ਨੌਂ ਦਰਾਂ ਤੱਕ ਇਹ ਜੋ ਮਾਸ ਦਾ ਘਰ ਹੈ ਇੱਥੋਂ ਦਾ ਮੁਖੀ ਕਾਲ ਆ, ਲੇਕਿਨ ਜੋ ਦਸਵਾਂ ਜਿਸ ਨੂੰ ਨਿੱਜ ਮਹਿਲ ਕਹਿੰਦੇ ਨੇ ਉਹ ਸੂਖਮ ਹੈ, ਉਹ ਸਾਡਾ ਘਰ ਆ। ਇਸ ਕਰਕੇ ਜੇ ਅਸੀਂ ਉੱਥੇ ਵਸਾਂਗੇ, ਹੁਕਮ ਵਿੱਚ ਇੱਥੇ ਆਵਾਂਗੇ, ਫਿਰ ਇੱਥੋਂ ਦੇ ਲੋਕ ਜਿਹੜੇ ਨੇ ਉਹ ਸਾਡੀ ਇੱਜ਼ਤ ਕਰਨਗੇ। ਇਹ ਪੰਜੇ ਜਣੇ ਕਾਮ ਕ੍ਰੋਧ ਲੋਭ ਅਹੰਕਾਰ ਸਾਡੀ ਸੇਵਾ ਕਰਨਗੇ। ਲੇਕਿਨ ਹੋਇਆ ਕਿ ਜਦੋਂ ਅਸੀਂ ਘਰੋਂ ਆਉਂਦੇ ਅਸੀਂ ਨਾਮ ਅਤੇ ਸੱਚ ਨੂੰ ਭੁੱਲ ਜਾਂਦੇ, ਇੱਥੇ ਆ ਕੇ ਅਸੀਂ ਇਸ ਕਾਇਆ ਨਾਲ ਜੁੜ ਜਾਂਦੇ, ਪਰਿਵਾਰ ਅਤੇ ਸੰਸਾਰ ਦੇ ਨਾਲ ਜੁੜ ਜਾਂਦੇ। ਪਰਮਾਤਮਾ ਸਾਨੂੰ ਦਿਸਦਾ ਨਹੀਂ, ਜੋ ਸਾਡਾ ਪਿਤਾ ਹੈ ਪ੍ਰਕਾਸ਼ ਰੂਪ, ਜੋ ਸਾਡੇ ਅੰਦਰ ਅਤੇ ਬਾਹਰ ਮੌਜੂਦ ਹੈ ਸ਼ੀਸ਼ੇ ਵਾਂਗੂ ਸਾਫ, ਜਿਸ ਨੂੰ ਮਹਾਰਾਜ ਕਹਿੰਦੇ ਨੇ ਕਿ ਸੋ ਤੁਮ ਹੀਮੇ ਬਸੇ ਨਿਰੰਤਰ, ਨਾਨਕ ਦਰਪਣ ਨਿਹੰਗ। ਅਤੇ ਨੇੜੇ ਇੰਨਾ ਦੇਖੋ ਆ ਸਵਾਸ ਦੇ ਕੇ ਜਿੰਦਾ ਰੱਖ ਰਿਹਾ ਆਪਾਂ ਨੂੰ, ਜਿਹਨੂੰ ਮਹਾਰਾਜ ਕਹਿੰਦੇ ਕਿ ਆਪੇ ਕਰਤਾ ਕਰ ਕਰ ਦੇਖੇ, ਦਿੰਦਾ ਸਾਸ ਵਰਾਹਾ ਹੈ। ਹੁਣ ਅਸੀਂ ਭੁੱਲ ਗਏ, ਇੱਥੋਂ ਤੱਕ ਕਿ ਅਸੀਂ ਆਪਣੇ ਆਪ ਨੂੰ ਵੀ ਭੁੱਲ ਗਏ।
ਸਾਡਾ ਜਿਹੜਾ ਮਨ ਹੈ ਉਹ ਜੋਸ਼ ਰੂਪ ਹੈ, ਜਿਸ ਨੂੰ ਮਹਾਰਾਜ ਕਹਿੰਦੇ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਉਹ ਫਿਰ ਅਸੀਂ ਜਿਵੇਂ ਜਿਵੇਂ ਭੁੱਲੀ ਜਾਂਦੇ ਹੋਰ ਅਗਿਆਨਤਾ ਵਿੱਚ ਤੁਰੇ ਜਾਂਦੇ। ਇਸ ਕਰਕੇ ਗੁਰਮੁਖ ਪਿਆਰਿਓ, ਫਿਰ ਪੰਜਵੇਂ ਪਾਤਸ਼ਾਹ ਨੇ ਸਾਡੇ ਵਰਗੇ ਭੁੱਲੇ ਜੀਵਾਂ ਨੂੰ, ਜਿਹੜੇ ਅਸੀਂ ਇਸ ਲੋਕ ਦੇ ਵਿੱਚ ਦੁਖੀ ਹੋ ਚੁੱਕੇ ਸੀ, ਸਭ ਤੋਂ ਨੇੜੇ ਦੀ ਅਗਨ ਸਾਡਾ ਪਰਿਵਾਰ ਬਣ ਗਿਆ ਸੀ ਅਤੇ ਉਸ ਤੋਂ ਅੱਗੇ ਸੰਸਾਰ, ਜਿਸ ਨੂੰ ਮਹਾਰਾਜ ਕਹਿੰਦੇ ਕਿ ਅਗਨ ਕਟੰਬ ਸਾਗਰ ਸੰਸਾਰ ਭਰਮ ਮੋਹ ਅਗਿਆਨ ਅੰਧਾਰ। ਕਿਉਂਕਿ ਚੌਥੇ ਪਾਤਸ਼ਾਹ ਦੇ ਘਰ ਵਿੱਚ ਵੀ ਇਹ ਪਰਿਵਾਰ ਨੇ ਅਗਨ ਦਾ ਰੂਪ ਧਾਰਨ ਕਰ ਲਿਆ ਸੀ, ਕਿਉਂਕਿ ਵੱਡਾ ਬੇਟਾ ਸੀ ਜਿਹੜਾ ਉਹ ਹੁਕਮ ਤੋਂ ਬਾਹਰ ਹੋ ਗਿਆ, ਜਿਸ ਕਰਕੇ ਆਪਾਂ ਸਾਰਾ ਇਤਿਹਾਸ ਜਾਣਦੇ। ਹੁਣ ਪੰਜਵੇਂ ਪਾਤਸ਼ਾਹ ਨੇ ਇਸ ਖੇਲ ਨੂੰ ਬੜਾ ਬਰੀਕੀ ਸਮਝਾਇਆ ਕਿ ਆਉਣ ਵਾਲੇ ਸਮੇਂ 'ਚ ਜੀਵ ਇਸ ਅਗਨ ਤੋਂ ਬਚ ਸਕਣ ਜਿਹੜੇ ਗੁਰਬਾਣੀ ਦਾ ਆਸਰਾ ਲੈਣ। ਇਸ ਕਰਕੇ ਉਹ ਕਹਿੰਦੇ ਵੀ ਪੁੱਤ, ਜਦੋਂ ਤੁਸੀਂ ਇਸ ਲੋਕ 'ਚ ਆਉਂਦੇ ਹੋ, ਇੱਥੋਂ ਦੇ ਲੋਕ ਕੀ ਕਰਦੇ ਨੇ, ਕਹਿੰਦੇ ਇਸ ਖੇਲ ਨੂੰ ਪਹਿਲਾਂ ਸਮਝੋ। ਕਹਿੰਦੇ ਜਿਉਂ ਹੀ ਤੁਸੀਂ ਇੱਧਰ ਆਉਂਦੇ ਹੋ, ਤੁਹਾਡਾ ਇਹ ਧਿਆਨ ਬਦਲਦੇ ਨੇ, ਪੌਣ ਦਸ ਤੁਹਾਨੂੰ ਵਿਗਾੜ ਦਿੰਦੇ ਨੇ, ਕਿਉਂਕਿ ਇਸ ਲੋਕ ਦਾ ਗੁਰੂ ਹੈ ਪੌਣ, ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ। ਅਤੇ ਸਾਡੀਆਂ ਦੋ ਨਾਸਕਾਂ ਨੇ ਜਿੱਥੇ ਪੌਣ ਚੱਲਦੀ, ਸੱਜੇ ਪਾਸੇ ਵਹਾਅ ਜ਼ਿਆਦਾ ਹੋ ਗਿਆ, ਸੱਜੇ ਪਾਸੇ ਸੂਰਜ ਹੈ ਸਾਨੂੰ ਗੁੱਸਾ ਆਏਗਾ, ਖੱਬੇ ਪਾਸੇ ਚੰਦਰਮਾ ਅਸੀਂ ਤ੍ਰਿਸ਼ਨਾ ਚਲੇ ਜਾਵਾਂਗੇ। ਇਸ ਕਰਕੇ ਕਹਿੰਦੇ ਪੁੱਤ, ਜੇ ਤੁਸੀਂ ਸਿਮਰਨ ਕਰੋਗੇ ਨਾ ਤਾਂ ਤੁਸੀਂ ਸਤੋ ਗੁਣੀ ਹੋ ਜਾਓਗੇ, ਤੁਹਾਡੇ ਅੰਦਰ ਜਤ ਸਤ ਸੰਤੋਖ ਦਇਆ ਨਿਮਰਤਾ ਖਿਮਾ ਸਹਿਣਸ਼ੀਲਤਾ ਆ ਜਾਏਗੀ ਅਤੇ ਸਾਰਾ ਕਲੇਸ਼ ਜਿਹੜਾ ਖਤਮ ਹੋ ਜਾਏਗਾ। ਮਹਾਰਾਜ ਕੀ ਸਮਝਾਉਂਦੇ, ਕਹਿੰਦੇ ਸਿਮਰੋ ਸਿਮਰ ਸਿਮਰ ਸੁੱਖ ਪਾਓ, ਕੱਲ ਕਲੇਸ਼ ਤਨ ਬਾਹੇ ਮਿਟਾਓ। ਕਹਿੰਦੇ ਪੁੱਤ, ਜੇ ਤੁਸੀਂ ਸਿਮਰਨ ਕਰੋਗੇ ਨਾ, ਸਿਮਰਨ ਕਰਨ ਦੇ ਨਾਲ ਇਹ ਪਰਿਵਾਰ ਦਾ ਤਨ ਦਾ ਮਨ ਦਾ ਕਲੇਸ਼ ਦੂਰ ਹੋ ਜਾਏਗਾ। ਫਿਰ ਉਹ ਸਾਨੂੰ ਸਮਝਾਉਂਦੇ ਵੀ ਜੇ ਤੁਸੀਂ ਸਿਮਰਨ ਕਰੋਗੇ, ਕੀ ਸਮਝਾ ਰਹੇ ਨੇ, ਕਹਿੰਦੇ ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿੱਧ। ਫਿਰ ਸਮਝਾਉਂਦੇ ਨੇ, ਕਹਿੰਦੇ ਸਿਮਰਨ ਕਰਨ ਨਾਲ ਬੁੱਧ ਤੁਹਾਡੀ ਬੁੱਧ ਵਿਵੇਕ ਹੋ ਜਾਏਗੀ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤੱਤ ਬੁੱਧ। ਹੁਣ ਦੇਖੋ ਗੁਰਮੁਖ ਪਿਆਰਿਓ, ਆਪ ਜੀ ਰੋਜ਼ ਆਨੰਦ ਸਾਹਿਬ ਦੀ ਬਾਣੀ 'ਚ ਸਰਵਣ ਕਰਦੇ ਹੋ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁੱਖ ਮਨ ਆਈ ਵਸਿਆ, ਜਿਨ ਇੱਛਾ ਸਭ ਭਜਾਈਆਂ। ਅਤੇ ਹੁਣ ਹਰ ਇੱਕ ਜੀਵ ਕਹਿੰਦਾ ਮੈਂ ਸੁਖੀ ਹੋਵਾਂ, ਮੇਰੀਆਂ ਇੱਛਾ ਪੂਰੀਆਂ ਹੋਣ। ਅਤੇ ਦੇਖੋ ਧੰਨ ਧੰਨ ਸਤਿਗੁਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਭੇਜਦੇ ਰਹੇ ਨੇ, ਪੁੱਤ ਫਿਰ ਨਾਮ ਨਾਲ ਜੁੜ ਜਾਓ। ਅਤੇ ਕਿੱਡਾ ਔਖਾ ਕੰਮ ਹੈ, ਦੇਖੋ ਮਾਤਾ ਦੇ ਗਰਭ ਵਿੱਚ ਤੁਸੀਂ ਜੁੜੇ ਸੀ ਅਤੇ ਤੱਤੀ ਵਾਹ ਨਹੀਂ ਲੱਗੀ, ਅਤੇ ਆਹ ਹੁਣ ਮਾਇਆ ਦਾ ਗਰਭ ਆ। ਜੈਸੀ ਅਗਨ ਉਧਰ ਮਾਹੇ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ। ਹੁਣ ਕਹਿੰਦੇ ਜੇ ਪੁੱਤ ਤੁਸੀਂ ਇੱਥੇ ਨਾਮ ਨਾਲ ਜੁੜ ਗਏ ਨਾ, ਇਹ ਪੰਜੇ ਜਣੇ ਕਾਮ ਕ੍ਰੋਧ ਲੋਭ ਮੋਹ ਹੰਕਾਰ
ਈਰਖਾ, ਨਿੰਦਿਆ, ਚੁਗਲੀ, ਦਵੈਤ, ਇਹ ਤੁਹਾਨੂੰ ਦੁਖੀ ਨਹੀਂ ਕਰਨਗੇ। ਇੱਕ ਫਿਰ ਕਹਿੰਦੇ ਸਲੋਕ ਦੇ ਵਿੱਚ ਅਗਣ ਦੀਆਂ ਚਾਰ ਨਦੀਆਂ ਨੇ, ਜਿਸ ਤਰ੍ਹਾਂ ਆਪਾਂ ਦੇਖਿਆ ਨਾ ਵੀ ਮਹਾਰਾਜ ਨੂੰ ਦੇਗ ਦੇ ਵਿੱਚ ਉਬਾਲਿਆ, ਬੜਾ ਕਸ਼ਟ ਦਿੱਤਾ ਉਬਲਦੇ ਪਾਣੀ 'ਚ, ਅਤੇ ਮਹਾਰਾਜ ਕਹਿੰਦੇ ਚਾਰ ਨਦੀਆਂ ਨੇ ਇਸ ਸਲੋਕ ਦੇ ਵਿੱਚ ਅਗਣ ਦੀਆਂ, ਕਿਹੜੀਆਂ ਨੇ? ਕਹਿੰਦੇ ਹੰਸ, ਹੇਤ, ਲੋਭ, ਕੋਪ, ਇਹ ਚਾਰੇ ਨਦੀਆਂ ਅੱਗ। ਇਹਦੇ ਵਿੱਚ ਸਾਡਾ ਮਨ ਬਹੁਤ ਸੜਦਾ, ਬੜਾ ਦੁਖੀ ਹੁੰਦਾ। ਇਸ ਕਰਕੇ ਗੁਰਮੁਖ ਪਿਆਰਿਓ, ਮਹਾਰਾਜ ਕਹਿੰਦੇ ਸਭ ਅਗਣ ਬੁੱਝੇਗੀ ਜੇਕਰ ਤੁਸੀਂ ਨਾਮ ਨਾਲ ਜੁੜ ਜਾਓਗੇ। ਅਤੇ ਹੁਣ ਤੁਹਾਡੇ ਚਰਨਾਂ 'ਚ ਬੇਨਤੀ ਆ, ਦੇਖੋ ਉਹਨਾਂ ਨੇ ਸ਼ਹੀਦੀ ਦੇ ਕੇ ਸਾਨੂੰ ਸੁਖੀ ਕਰਨ ਵਾਸਤੇ ਇਹ ਸਾਰਾ ਖੇਲ ਰਚਾਇਆ, ਸਾਰਾ ਖੇਲ ਸਾਨੂੰ ਸਮਝਾਉਣਾ ਸ਼ੁਰੂ ਕੀਤਾ। ਸੁਖਮਨੀ ਸਾਹਿਬ ਦੀ ਬਾਣੀ 'ਚ ਬੜੇ ਸੌਖੇ ਸ਼ਬਦਾਂ ਦੇ ਵਿੱਚ ਕਿ ਹਰ ਇੱਕ ਜੀਵ ਦੇ ਸਮਝ ਆ ਸਕੇ ਕਿ ਉਹ ਸੁਖੀ ਹੋ ਸਕਣ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਨੇ ਕਿ ਸਿਮਰੋ, ਸਿਮਰ ਸਿਮਰ ਸੁਖ ਪਾਓ, ਕੱਲ ਕਲੇਸ਼ ਤਨ ਮਾਹੀ ਹਟਾਓ। ਹੁਣ ਤੁਸੀਂ ਕੀ ਕਰਨਾ, ਕਿਉਂਕਿ ਆਪਣੇ ਕੋਲ ਸਮਾਂ ਥੋੜ੍ਹਾ, ਤੁਸੀਂ ਘਰ ਜਾ ਕੇ ਸੁਖਮਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਪੜ੍ਹਨੀ ਆ, ਜੇ ਨਹੀਂ ਪੜ੍ਹਨੀ ਆਉਂਦੀ ਤਾਂ ਕਿਸੇ ਤੋਂ ਪੜ੍ਹਾ ਕੇ ਸੁਣਨੀ, ਠੀਕ ਹੈ ਜੀ? ਤੁਸੀਂ ਦੇਖੋ ਵੀ ਸਿਮਰਨ ਕਰਨ ਦੇ ਕਿੰਨੇ ਫਾਇਦੇ ਨੇ, ਉਸ ਤੋਂ ਅਗਲੀ ਅਸ਼ਟਪਦੀ ਨਾ ਆਉਂਦੀ। ਜੇਕਰ ਅਸੀਂ ਪੰਜਵੇਂ ਪਾਤਸ਼ਾਹ ਦੇ ਹੁਕਮ ਨੂੰ ਪੜ੍ਹ ਕੇ ਜਾਂ ਸੁਣ ਕੇ ਵਿਚਾਰੀਏ ਅਤੇ ਵਿਚਾਰ ਕੇ ਮੰਨੀਏ ਨਾ, ਤਾਂ ਸਾਨੂੰ ਕਿਤੇ ਜਾਣ ਦੀ ਲੋੜ ਹੀ ਨਹੀਂ। ਇਸ ਕਰਕੇ ਗੁਰਬਾਣੀ ਪੜ੍ਹਨ ਦਾ ਇੱਕ ਤਰੀਕਾ ਹੈ, ਜਿਹੜੇ ਜੀਵ ਗੁਰਬਾਣੀ ਪੜ੍ਹਦੇ ਨੇ ਅਤੇ ਕੰਨਾਂ ਨਾਲ ਸੁਣਦੇ ਨੇ, ਬਹੁਤ ਵੱਡੇ ਭਾਗਾਂ ਵਾਲੇ ਨੇ, ਜਿਹੜੇ ਉਸ ਤੋਂ ਅੱਗੇ ਸੁਣ ਕੇ ਵਿਚਾਰਦੇ ਨੇ ਵੀ ਗੁਰੂ ਸਾਹਿਬ ਨੇ ਕਿਹਾ ਕੀ ਹੈ, ਉਹ ਉਸ ਤੋਂ ਵੀ ਵੱਡੇ ਭਾਗਾਂ ਵਾਲੇ ਨੇ। ਅਤੇ ਜਿਹੜੇ ਵਿਚਾਰ ਕੇ ਮੰਨਦੇ ਨੇ ਵੀ ਕੀ ਕਰਨ ਨੂੰ ਕਿਹਾ ਉਹ ਕਰੀਏ, ਕੰਪਲੀਟ ਹੋ ਗਿਆ ਪ੍ਰੋਸੈਸ, ਮੰਨੇ ਕੀ ਗੱਤ ਕਹੀ ਨਾ ਜਾਏ। ਇਸ ਕਰਕੇ ਹੁਣ ਜਿਹੜਾ ਸਿਮਰਨ ਹੈ ਨਾ ਜੀ, ਉਹ ਗੁਰਬਾਣੀ ਨੂੰ ਮੰਨਣਾ ਹੈ, ਸਮਝ ਰਹੇ ਹੋ ਜੀ ਗੱਲ? ਪੰਜਵੇਂ ਪਾਤਸ਼ਾਹ ਕਹਿ ਰਹੇ ਨੇ ਕਿ ਸਿਮਰੋ, ਸਿਮਰ ਸਿਮਰ ਸੁਖ ਪਾਓ। ਅਤੇ ਹੁਣ ਅਸੀਂ ਹੁਣ ਪੁੱਛਦੇ ਮਹਾਰਾਜ ਸਿਮਰਨ ਕੀ ਹੈ, ਕਿਵੇਂ ਕਰੀਏ, ਕਾਹਦਾ ਕਰੀਏ? ਹੁਣ ਗੁਰਮੁਖ ਪਿਆਰਿਓ, ਜਦੋਂ ਤੋਂ ਪੰਜਾਬੀ ਸ਼ੁਰੂ ਹੋਈ ਹੈ, ਗੁਰੂ ਨਾਨਕ ਦੇ ਘਰ ਨੇ ਉਸ ਪਰਮਾਤਮਾ ਦਾ ਨਾਮ ਵਾਹਿਗੁਰੂ ਰੱਖਿਆ। ਇਸ ਕਰਕੇ ਪੰਜਾਂ ਪਿਆਰਿਆਂ ਵੱਲੋਂ ਸਾਨੂੰ ਗੁਰਮੰਤਰ ਵਾਹਿਗੁਰੂ ਦਿੱਤਾ ਜਾਂਦਾ ਹੈ। ਭਾਈ ਗੁਰਦਾਸ ਜੀ ਸਮਝਾਉਂਦੇ ਆ, ਕਹਿੰਦੇ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਕਹਿੰਦੇ ਹਉਮੈ ਦਾ ਅਸਾਧ ਰੋਗ ਹੈ, ਜੇਕਰ ਅਸੀਂ ਗੁਰਮੰਤਰ ਨੂੰ ਜਪਾਂਗੇ ਤਾਂ ਉਹ ਵੀ ਦੂਰ ਹੋ ਜਾਏਗਾ। ਅਸੀਂ ਫਿਰ ਬੇਨਤੀ ਕਰਦੇ, ਮਹਾਰਾਜ ਪਤਾ ਲੱਗ ਗਿਆ ਵੀ ਵਾਹਿਗੁਰੂ ਗੁਰਮੰਤਰ ਹੈ, ਇਹਨੂੰ ਜਪੀਏ ਕਿਵੇਂ, ਤਰੀਕਾ ਕੀ ਹੈ? ਮਹਾਰਾਜ ਕਹਿੰਦੇ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਪਾਏ। ਕਹਿੰਦੇ ਪੁੱਤ, ਜਦੋਂ ਅੰਦਰ ਨੂੰ ਸਵਾਸ ਜਾਂਦਾ ਤੁਸੀਂ ਵਾਹੇ ਬੋਲ ਕੇ ਸੁਣੋ, ਅੰਤਰਗਤ ਜਾਓ, ਉੱਪਰ ਨੂੰ ਆਉਂਦਾ ਗੁਰੂ ਬੋਲ ਕੇ ਸੁਣੋ, ਗਗਨ ਨੂੰ ਆਓ। ਅਤੇ ਅਸੀਂ ਕਹਿੰਦੇ ਮਹਾਰਾਜ ਇਸ ਤਰ੍ਹਾਂ ਹੀ ਕਿਉਂ ਕਰਨਾ, ਕੋਈ ਹੋਰ ਤਰੀਕਾ ਨਹੀਂ ਹੈਗਾ ਕਰਨ ਦਾ? ਮਹਾਰਾਜ ਕਹਿੰਦੇ ਪੁੱਤ, ਜੇਕਰ ਤੁਸੀਂ ਨਾਮ ਪ੍ਰਾਪਤ ਕਰਨਾ, ਪਰਮਾਤਮਾ ਨੂੰ ਮਿਲਣਾ, ਫਿਰ ਤੁਹਾਨੂੰ ਗੁਰੂ ਦੀ ਮੱਤ ਵਿੱਚ ਚੱਲਣਾ ਪਏਗਾ। ਇਹ ਗੁਰੂ ਦਾ ਹੁਕਮ ਹੈ ਕਿ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ,
ਸੋ ਗੁਰਸਿੱਖ ਗੁਰੂ ਮਨ ਪਾਏ। ਉਹ ਕਹਿੰਦੇ ਵੀ ਜਦੋਂ ਸਾਹ ਅੰਦਰ ਜਾਂਦਾ ਅਹਿਸਾਸ ਹੋ ਗਿਆ, ਬਾਹਰੋਂ ਦਾ ਗ੍ਰਾਸ ਹੋ ਗਿਆ। ਇਸ ਕਰਕੇ ਤੁਸੀਂ ਕਰਨਾ ਪੁੱਤ, ਤੁਹਾਡਾ ਮਨ ਜਿਹੜਾ ਦਸਾਂ ਦਿਸ਼ਾਵਾਂ ਨੂੰ ਚੱਲਦਾ ਵਿਚਾਰਾਂ 'ਚ, ਜਿੱਥੋਂ ਤੱਕ ਤੁਹਾਡਾ ਸੰਬੰਧ ਹੈ ਉੱਥੋਂ ਤੱਕ ਮਨ ਤੁਹਾਡਾ ਭਜਦਾ ਹੈ। ਇਸ ਕਰਕੇ ਤੁਸੀਂ ਇਸ ਸੁਰਤੀ ਨੂੰ ਪਕੜ ਕੇ ਇਸ ਗੁਫਾ 'ਚ ਲੈ ਕੇ ਆਉਣਾ ਜਿੱਥੇ ਪੌਣ ਚੱਲ ਰਹੀ ਹੈ। ਇਹਦਾ ਸੰਬੰਧ ਅੱਗੇ ਸਹਿਜ ਗੁਫਾ ਨਾਲ ਅੱਗੇ ਨਾਦ ਪ੍ਰਗਟ ਹੋ ਜਾਏਗਾ। ਇਸ ਕਰਕੇ ਜਦੋਂ ਤੁਸੀਂ ਧੁਨ 'ਚ ਧਿਆਨ ਰੱਖ ਕੇ ਸਿਮਰਨ ਕਰੋਗੇ, ਜਿਸ ਨੂੰ ਮਹਾਰਾਜ ਕਹਿੰਦੇ ਧੁਨ ਮੇਂ ਧਿਆਨ, ਧਿਆਨ ਮੇਂ ਜਾਣਿਆ ਗੁਰਮੁਖ ਅਕਥ ਕਹਾਣੀ। ਹੁਣ ਸਭ ਤੋਂ ਪਹਿਲਾਂ ਆਪਾਂ ਅੱਖਾਂ ਬੰਦ ਕਰਨੀਆਂ ਜੀ। ਅੱਖਾਂ ਬੰਦ ਕਰਕੇ ਅੰਦਰ ਨੂੰ ਜਾਂਦੇ ਸਵਾਸ ਨਾਲ ਵਾਹਿਗੁਰੂ ਕੇ ਸੁਣਨਾ, ਬਾਹਰ ਨੂੰ ਆਉਂਦੇ ਨਾਲ ਗੁਰੂ। ਜੇਕਰ ਕਿਸੇ ਤੋਂ ਸਵਾਸ ਨਾਲ ਨਹੀਂ ਬੋਲਿਆ ਜਾਂਦਾ, ਤੁਸੀਂ ਵਾਹੇ ਕਹਿ ਕੇ ਆਪਦੀ ਆਵਾਜ਼ ਨੂੰ ਸੁਣਦਿਆਂ ਪੂਰਾ ਅੰਤਰਗਤ ਜਾਣਾ ਜੀ, ਨਾਭੀ ਤੱਕ ਅੰਤਰ ਗੁਰੂ ਅਰਾਧਨ, ਅਤੇ ਉੱਪਰ ਨੂੰ ਜਦੋਂ ਉੱਠੇ ਸਵਾਸ ਗੁਰੂ ਬੋਲਣ। ਆਓ ਸ਼ਾਬਾਸ਼, ਨੇਤਰ ਬੰਦ ਕਰ ਲਓ, ਕਰੋ ਜੀ ਸ਼ੁਰੂ। ਵਾਹ ਗੁਰੂ, 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 ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ
ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਇਹ ਸਿਮਰਨ ਅਸੀਂ ਉਦੋਂ ਹੀ ਕਰਦੇ ਹਾਂ ਜਦੋਂ ਮਾਲਕ ਆਪ ਕਰਾਉਂਦਾ। ਮਹਾਰਾਜ ਦੀ ਗੁਰਬਾਣੀ ਦਾ ਪ੍ਰਮਾਣ ਹੈ, ਸੇ ਸਿਮਰੇ ਜਿਨ ਆਪ ਸਮਰਾਏ, ਨਾਨਕ ਤਾਂ ਕੇ ਲਾਗੂ ਪਾਏ। ਫਿਰ ਮਹਾਰਾਜ ਕਹਿੰਦੇ ਜਦੋਂ ਉਹ ਪਰਮਾਤਮਾ ਸਾਡੇ 'ਤੇ ਦਿਆਲੂ ਹੋ ਜਾਂਦਾ ਹੈ, ਫਿਰ ਅਸੀਂ ਸਿਮਰਨ ਕਰਨ ਲੱਗ ਜਾਂਦੇ। ਸਿਮਰਨ 'ਤੇ ਲਾਗੇ ਜਿਨ ਆਪ ਦਿਆਲਾ, ਨਾਨਕ ਜਨ ਕੀ ਵੰਗੀਰ ਵਾਲਾ। ਹੁਣ ਗੁਰਮੁਖ ਪਿਆਰਿਓ, ਜਿਹੜਾ ਇਹ ਸਿਮਰਨ ਹੈ, ਇਹ ਸਾਡੇ ਮਨ ਦਾ ਕੰਮ ਹੈ। ਆਹ ਗੱਲ ਨੂੰ ਤੁਸੀਂ ਧਿਆਨ ਨਾਲ ਸੁਣਿਓ। ਜਿਵੇਂ ਅੱਜ ਆਪਾਂ ਖੇਤੀ, ਨੌਕਰੀ, ਦਿਹਾੜੀ, ਬਿਜ਼ਨਸ ਨੂੰ ਕੰਮ ਸਮਝਦੇ ਹਾਂ ਨਾ, ਇਹ ਤਾਂ ਕੰਮ ਹੈ ਕਾਲ ਦਾ। ਇਹ ਅਸੀਂ ਹੁਣ ਕਰ ਰਹੇ ਹਾਂ ਫਸੇ ਹੋਏ, ਕਿਉਂਕਿ ਸਾਨੂੰ ਉਹਨੇ ਬੰਦੀ ਖਾਨੇ 'ਚ ਪਾ ਲਿਆ ਅਤੇ ਕੈਦੀ ਨੂੰ ਕੰਮ ਕਰਨਾ ਹੀ ਪੈਂਦਾ ਜਦੋਂ ਜੇਲ੍ਹ 'ਚ ਹੋਏ। ਸਾਡਾ ਕੰਮ ਕੀ ਹੈ? ਮਹਾਰਾਜ ਸੱਚੇ ਪਾਤਸ਼ਾਹ ਫਰਮਾ ਰਹੇ ਨੇ, ਰਾਮ ਸਿਮਰ, ਰਾਮ ਸਿਮਰ, ਇਹ ਤੇਰੇ ਕਾਜ ਹੈ। ਫਿਰ ਮਹਾਰਾਜ ਕਹਿੰਦੇ ਨੇ ਕਿ ਆਪਣੇ ਕਾਰਜ ਕੋ ਕਿਉਂ ਅਲਕਾਈਏ, ਜਿਸ ਸਿਮਰਤ ਦਰਗਾਹ ਮੁੱਖ ਉਜਲ, ਸਦਾ ਸਦਾ ਸੁਖ ਪਾਈਏ। ਫਿਰ ਉਹ ਦੱਸਦੇ, ਪੁੱਤ ਤੁਹਾਡਾ ਲਾਹਾ ਕੀ ਹੈ? ਕਹਿੰਦੇ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਇਸ ਕਰਕੇ ਜੀ ਤੁਹਾਡੇ ਚਰਨਾਂ 'ਚ ਬੇਨਤੀ ਆ। ਦੇਖੋ ਕਿੱਡੇ ਕਰਮਾਂ ਵਾਲੇ ਜੀਓ, ਜੋ ਤੁਸੀਂ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹੋ। ਇਸ ਕਰਕੇ ਹੁਣ ਆਪਾਂ ਉਹਨਾਂ ਦੇ ਬਚਨ ਨੂੰ ਵੀ ਮਨ 'ਚ ਵਸਾਉਣਾ ਹੈ, ਕਿਉਂਕਿ ਸੰਸਾਰ ਦਾ ਤਾਂ ਨਾ ਕਿਸੇ ਦੇ ਨਾਲ ਗਿਆ ਨਾ ਜਾਣਾ, ਇੱਕ ਹੀ ਚੀਜ਼ ਹੈ ਸਾਡੇ ਨਾਲ ਜਾਣ ਵਾਲੀ। ਮਹਾਰਾਜ ਕਹਿੰਦੇ, ਜੋ ਸਾਥ ਨਾ ਚਾਲੇ, ਬਿਨ ਭਜਨ ਵਿਖਿਆ ਸਗਲੀ ਛਾਰ, ਹਰ ਹਰ ਨਾਮ ਕਮਾਵਣਾ ਨਾਨਕ ਇਹ ਧਨ ਸਾਰ। ਬਸ ਕਮਾਈ ਕਰਨ ਦਾ ਤਰੀਕਾ ਸਿੱਖਣਾ ਪੈਂਦਾ। ਜਿਵੇਂ ਜ਼ਿਮੀਂਦਾਰ ਦਾ ਬੇਟਾ ਖੇਤੀ ਸਿੱਖ ਲਏ, ਦੁਕਾਨਦਾਰ ਦਾ ਬੇਟਾ ਦੁਕਾਨਦਾਰੀ ਸਿੱਖ ਲਏ, ਰੋਟੀ ਮਿਲਦੀ ਰਹਿੰਦੀ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ, ਜਿਹੜੇ ਗੁਰਸਿੱਖ ਹੁੰਦੇ ਆ ਨਾ, ਉਹਨਾਂ ਨੂੰ ਸੰਤ ਕਹੋ, ਸਾਧੂ ਕਹੋ, ਗੁਰਸਿੱਖ ਕਹੋ, ਸਿੱਖ ਕਹੋ, ਉਹਨਾਂ ਦੀ ਪਰਮਾਤਮਾ ਨੇ ਡਿਊਟੀ ਲਾਈ ਹੁੰਦੀ ਹੈ ਵੀ ਜਿਹੜੇ ਜੀਵ ਆਪਦਾ ਕੰਮ ਕਰਨਾ ਭੁੱਲ ਗਏ, ਸਿਮਰਨ ਕਰਨਾ ਭੁੱਲ ਗਏ, ਉਹਨਾਂ ਨੂੰ ਪੁੱਤ ਨਾਮ ਜਪਣਾ ਸਿਖਾ ਦਿਓ। ਮਹਾਰਾਜ ਕਹਿੰਦੇ, ਜੇ ਅਸੀਂ ਸਿੱਖ ਲਿਆ ਤਾਂ ਫਿਰ ਕੀ ਹੋਏਗਾ? ਸੁਣੋ ਮਹਾਰਾਜ ਕੀ ਕਹਿੰਦੇ ਨੇ। ਫਰਮਾ ਰਹੇ ਨੇ, ਕਹਿੰਦੇ, ਸਾਧੂ ਸੰਗ ਸਿਖਾਇਓ ਨਾਮ, ਸਰਬ ਮਨੋਰਥ ਪੂਰਨ ਕਾਮ। ਜਿਸ ਤਰ੍ਹਾਂ ਮੈਨੂੰ ਸੰਗਤ ਮਿਲੀ, ਮੈਨੂੰ ਨਾਮ ਜਪਣ ਦਾ ਤਰੀਕਾ ਸਿੱਖਣਾ ਮਿਲ ਗਿਆ, ਆਪਾਂ ਸਿਮਰਨ ਕੀਤਾ ਮਹਾਰਾਜ ਕਿਰਪਾ। ਹੁਣ ਮੇਰੇ ਨਾਲ ਦੇ ਸਾਰੇ, ਕੋਈ DSP ਹੈ, ਕੋਈ ਇੰਸਪੈਕਟਰ ਹੈ, ਸਾਰੇ SHO ਲੱਗੇ ਹੈ, ਲੇਕਿਨ ਮੈਨੂੰ ਮਾਲਕ ਨੇ ਆਪਦੇ ਚਰਨਾਂ ਨਾਲ ਜੋੜ ਲਿਆ, ਸਦਾ ਵਾਸਤੇ ਸੁਖੀ ਕਰਤਾ। ਇਸ ਕਰਕੇ ਮੈਂ ਤੁਹਾਡਾ ਬੱਚਾ ਹੈ ਜੀ, ਤੁਹਾਡਾ ਨੌਕਰ ਹੈ ਜੀ, ਤੁਸੀਂ ਮੇਰੇ ਛੋਟੇ ਹੋ, ਵੱਡੇ ਹੋ, ਭੈਣਾਂ ਹੋ। ਮੈਂ ਤੁਹਾਨੂੰ ਇਹ ਬੇਨਤੀ ਕਰਨੀ ਚਾਹੁੰਦਾ, ਦੇਖੋ ਕਿੱਡਾ ਸੋਹਣਾ ਸਥਾਨ ਆਪਣਾ, ਇੱਥੇ ਬੈਠ ਕੇ ਨਾਮ ਜਪੋ, ਜੋ ਮਹਾਰਾਜ ਕਹਿੰਦੇ ਉਹਨੂੰ ਕਮਾਈਏ ਆਪਾਂ ਸਾਰੇ ਭੈਣ ਭਰਾ ਰਲ ਕੇ। ਜਿਵੇਂ ਜਿਵੇਂ ਸਿਮਰਨ ਕਰਾਂਗੇ, ਸੁਖੀ ਹੁੰਦੇ ਜਾਵਾਂਗੇ। ਹੁਣ ਮਹਾਰਾਜ ਦੀ ਗੁਰਬਾਣੀ ਦਾ ਪੰਜਵੇਂ ਪਾਤਸ਼ਾਹ ਕੀ ਕਹਿੰਦੇ ਸੁਣੋ। ਕਹਿੰਦੇ, ਬਾਰੰਗ ਬਾਰ ਬਾਰ ਪ੍ਰਭ ਜਪੀਏ, ਪੀ ਅੰਮ੍ਰਿਤ ਇਹ ਮਨ ਤਨ
ਤਰੱਕੀ ਦੇ। ਸੁਬਹਾ ਉੱਠ ਖੜਿਆ ਕਰੋ ਜੀ, ਪ੍ਰਸ਼ਾਦ ਦਾ ਟਾਈਮ ਨਾਲ ਛਕ ਲਿਆ ਕਰੋ, 2:30 ਵਜੇ ਉੱਠ ਕੇ ਬਸ ਵਾਹਿਗੁਰੂ 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 ਜਪ ਕੇ ਦੇਖੋ। ਜੋ ਪ੍ਰਾਣੀ ਗੋਬਿੰਦ ਧਿਆਵੇ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਏ ਪਾਵੇ। ਕਹਿਤ ਕਬੀਰ ਸੁਣੋ ਰੇ ਪ੍ਰਾਣੀ, ਛੋਡੋ ਬਣ ਕੇ ਭਰਮਾ, ਕੇਵਲ ਨਾਮ ਜਪੋ ਰੇ ਪ੍ਰਾਣੀ, ਪਰੋ ਏਕੀ ਸ਼ਰਮਾ। ਹੁਣ ਪੰਜਵੇਂ ਪਾਤਸ਼ਾਹ ਕਹਿੰਦੇ, ਹਰ ਹਰ ਕੀਤਾ ਗੁਰਮਿਲ ਜੀਤਾ, ਟੂਟੀ ਪੀਤਾ ਭਰਮ ਗੜਾ। ਕਹਿੰਦੇ ਅਸੀਂ ਜਪਿਆ ਨਾ, ਅਤੇ ਇਹ ਭਰਮ ਦਾ ਗੜ, ਇਹ ਵਿਚਾਰ ਖਤਮ ਹੋ ਗਏ ਅਤੇ ਅਸੀਂ ਮਾਲਕ ਨੂੰ ਮਿਲਣੇ। ਇਸ ਕਰਕੇ ਗੁਰਮੁਖ ਪਿਆਰਿਓ, ਆਪਾਂ ਸਾਰਿਆਂ ਨੇ ਪਰਮਾਤਮਾ ਨੂੰ ਮਿਲਣਾ, ਨਾਮ ਪ੍ਰਾਪਤ ਕਰਨਾ। ਜੇ ਅੱਜ ਅਸੀਂ ਪਰਮਾਤਮਾ ਨੂੰ ਨਹੀਂ ਜਾਣਦੇ, ਨਾਮ ਅੰਦਰੋਂ ਨਹੀਂ ਸੁਣਦਾ, ਅੰਮ੍ਰਿਤ ਨਹੀਂ ਆਉਂਦਾ, ਤਾਂ ਮਹਾਰਾਜ ਪਤਾ ਕੀ ਕਹਿੰਦੇ? ਕਹਿੰਦੇ, ਜਿਨ ਹਰ 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 ਰਸ ਨਾਮ ਨਾ ਪਾਇਆ, ਤੇ ਭਾਗ ਹੀ ਜਮ ਪਾਸ। ਫਿਰ ਮਹਾਰਾਜ ਸਮਝਾਉਂਦੇ ਨੇ, ਕਹਿੰਦੇ, ਕਲਮੇ ਪ੍ਰੇਤ ਜਿਨ ਰਾਮ ਨਾ ਪਛਾਤਾ, ਸਤਿਯੁਗ ਪਰਮ ਹੰਸ ਵਿਚਾਰੀ, ਦੁਆਪਰ ਤ੍ਰੇਤੇ ਮਾਨਸ ਵਰਤੇ, ਵਿਰਲੇ ਹੋਵੇ ਮਾਰੀ। ਹੁਣ ਦੇਖੋ, ਅੱਜ ਆਪਾਂ ਪੰਜਵੇਂ ਪਾਤਸ਼ਾਹ ਦੇ ਪਰਥਾਏ ਬੈਠੇ ਹਾਂ ਸਾਰੇ ਇੱਥੇ, ਕਿੰਨੀ ਸਹਿਜ ਗਏ ਚਲੇ ਸਤਸੰਗਤ ਮਿਲ ਕਰਕੇ। ਕੀ ਫਰਮਾ ਰਹੇ ਨੇ? ਕਹਿੰਦੇ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਏ ਪਾਈ, ਨਾ ਕੋਈ ਬੈਰੀ ਨਾ ਹੀ ਬਗਾਨਾ, ਸਗਲ ਸੰਗ ਹਮ ਕੋ ਬਣਿਆ। ਐਸਾ ਪਿਆਰ ਦਾ ਖੇਲ ਚੌਥੇ ਪਾਤਸ਼ਾਹ ਦੀ ਸੰਗਤ ਕਰਨ ਕਰਕੇ। ਇਸ ਕਰਕੇ ਗੁਰਮੁਖ ਪਿਆਰਿਓ, ਉਹ ਅੱਜ ਵੀ ਸਾਡੇ ਕੋਲ ਮੌਜੂਦ ਨੇ, ਸਾਡੀ ਅਗਵਾਹੀ ਕਰ ਰਹੇ ਨੇ ਬਾਣੀ ਦੇ ਰੂਪ ਵਿੱਚ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਵਿਸਤਾਰੇ। ਹੁਣ ਤੁਸੀਂ ਮੇਰੀ ਬੇਨਤੀ ਮੰਨ ਕੇ ਨਾ ਇੱਕੋ ਸਮਾਂ ਸਿਮਰਨ ਕਰੋ। ਸਿਮਰਨ ਕਰਕੇ ਗੁਰਬਾਣੀ ਪੜਿਆ ਜੇ, ਫਿਰ ਮਨ ਨਹੀਂ ਪਾਸੇ ਜਾਏਗਾ, ਫਿਰ ਤਾਂ ਵਿਰਾਗ ਆਏਗਾ ਵੀ ਤੂੰ ਆਇਆ ਕਿਹੜੇ ਕੰਮ ਯਾਰ, ਕਰਨ ਕੀ ਲੱਗ ਗਿਆ। ਪ੍ਰਾਣੀ ਤੂੰ ਆਇਓ ਲਾਹਾ ਲੈਣ, ਲੱਗਾ ਕਿਰਤਕ ਪੱਖੜ ਇਸ ਮੁਕਦੀ ਚੱਲੀ ਰਹਿਣ। ਦੇਖ ਪੁੱਤ ਤੁਰ ਗਏ ਤਿੱਥੋਂ, ਛੋਟੇ ਵੱਡੇ ਸਭ ਜਾ ਰਹੇ ਨੇ, ਅਤੇ ਵਾਰੀ ਕਿਸੇ ਦਿਨ ਤੇਰੀ ਵੀ ਆਈ ਲੈ। ਕਿੰਨਾ ਚਿਰ ਹਮ ਆਦਮੀ ਹਾਂ ਏਕ ਦਮੀ, ਮੋਹਲਤ ਮੋਹਤ ਨਾ ਜਾਣਾ, ਨਾਨਕ ਬਿਨਵੇ ਤਿਸੇ ਸਰੇਵ ਜਾ ਕੇ ਜੀ ਪਰਣ। ਜਦੋਂ ਆਪਾਂ ਸਿਮਰਨ ਕਰਾਂਗੇ ਨਾ ਜੀ, ਸਾਡੇ ਘਰ ਤੋਂ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਸ਼ੁਰੂ ਹੁੰਦੀ ਹੈ। ਪਹਿਲਾਂ ਸਾਡੇ ਘਰ ਤੋਂ ਪਿਆਰ ਸ਼ੁਰੂ ਹੋਏਗਾ, ਸਾਨੂੰ ਆਪਦੇ ਬੱਚਿਆਂ 'ਚ, ਸਾਨੂੰ ਆਪਦੀ ਪਤਨੀ ਪਤੀ 'ਚ, ਉਹ ਪਰਮਾਤਮਾ ਦਿਸਣਾ ਸ਼ੁਰੂ ਹੋਏਗਾ ਵੀ ਅਸੀਂ ਸੰਜੋਗੀ ਹੈ, ਪਿਛਲੇ ਜਨਮਾਂ ਦੇ ਐਤਕੀ ਫਿਰ ਇਕੱਠੇ ਹੋ ਗਏ। ਇੱਥੇ ਅਸੀਂ ਇੱਕ ਪਹਿਚਾਣ ਵਾਸਤੇ ਨਾਂ ਰੱਖੇ ਨੇ ਵੀ ਆਹ ਪਿਤਾ ਹੈ, ਆਹ ਮਾਤਾ ਹੈ, ਆਹ ਧੀ, ਆਹ ਬੇਟਾ ਹੈ। ਲੇਕਿਨ ਅਸੀਂ ਸਾਰੇ ਹਾਂ ਪਰਮਾਤਮਾ ਦੇ ਬੱਚੇ, ਕਹੋ ਕਬੀਰ ਰਾਮ ਕੀ ਅੰਸ਼, ਏਕ ਪਿਤਾ ਏਕ ਸਕੇਹਮ ਬਾਰ। ਇਸ ਕਰਕੇ ਜੀ ਅਸੀਂ ਸਾਰੇ ਹੀ ਸਵਾਸ ਨਾਲ ਜਿੰਦਾ, ਅਤੇ ਸਵਾਸ ਸਾਨੂੰ ਕੌਣ ਦਿੰਦਾ ਜੀ? ਪਰਮਾਤਮਾ। ਕੋਈ ਮਾਂ ਪਿਓ ਬੱਚੇ ਨੂੰ ਸਵਾਸ ਨਹੀਂ ਦੇ ਸਕਦਾ, ਕੋਈ ਬੱਚਾ ਮਾਂ ਪਿਓ ਨੂੰ ਸਵਾਸ ਨਹੀਂ ਦੇ ਸਕਦਾ। ਇਸ ਕਰਕੇ ਸਾਡਾ ਜੀਵਨ ਸਵਾਸ ਦੇ ਆਸਰੇ ਹੈ। ਆਪੇ ਕਰਤਾ ਕਰ ਕਰ ਦੇਖੇ, ਦਿਨ ਦਾ ਸਾਸ ਗਰਾਹਾ ਹੈ। ਅਤੇ ਆਹ ਦੇਖੋ, ਜਦੋਂ ਸਵਾਸ ਇੱਥੋਂ ਦੇ ਰਿਹਾ ਤਾਂ ਆਪਾਂ ਸਵਾਸ ਗ੍ਰਾਸੀਆਂ ਨੂੰ ਚੱਪੀ ਜਾਣਾ, ਅਤੇ ਦੇਖੋ ਮਹਾਰਾਜ ਦੀ ਕਿਰਪਾ। ਫਿਰ ਮਹਾਰਾਜ ਕਹਿੰਦੇ ਨੇ, ਉੱਚਰੋ
ਰਾਮ ਨਾਮ ਲਖ ਬਾਰੀ, ਅੰਮ੍ਰਿਤ ਰਸ ਪੀਵੋ ਪਰਾ ਪਿਆਰੀ। ਕਹਿੰਦੇ ਪੁੱਤ ਰਸ ਨਾਲ ਮਿੱਠੀ ਹੁੰਦੀ ਜਾਏਗੀ, ਅੰਮ੍ਰਿਤ ਆਏਗਾ, ਬਹੁਤ ਮਿੱਠਾ ਰਸ ਹੈ, ਉਹ ਸਾਡੇ ਮਨ ਦੀ ਖੁਰਾਕ ਹੈ। ਇਸ ਕਰਕੇ ਆਓ ਆਪਾਂ ਸਾਰੇ ਭੈਣ ਭਰਾ ਰਲ ਕੇ ਇਕੱਠੇ ਹੋਏ ਹਾਂ, ਪਤਾ ਨਹੀਂ ਕਿੰਨੇ ਯੁੱਗਾਂ ਦੇ ਸੰਯੋਗੀ ਅੱਜ ਜਿਸ ਸਥਾਨ 'ਤੇ ਆਪਾਂ ਬੈਠੇ ਹਾਂ, ਅਤੇ ਹੋ ਸਕਦਾ ਹੈ ਉਦੋਂ ਆਪਾਂ ਵੀ ਇੱਥੇ ਹੋਈਏ, ਆਪਣੀਆਂ ਮੁਸ਼ਕਲਾਂ ਵਧੀਆਂ ਹੋਣ ਉਦੋਂ, ਕਿਉਂਕਿ ਕਈ ਯੁੱਗਾਂ 'ਤੇ ਤਾਂ ਚੱਲੇ ਹਾਂ, ਪਤਾ ਹੀ ਕੋਈ ਨਹੀਂ। ਤਾਂ ਹੀ ਆਪਾਂ ਇੰਨੇ ਪਿਆਰ ਨਾਲ ਬੈਠੇ ਹਾਂ ਕਿਉਂਕਿ ਆਪਾਂ ਪਿਛਲੇ ਸੰਯੋਗੀ ਇਕੱਠੇ ਹੋਏ ਹਾਂ ਰਹਿੰਦਾ ਸਫ਼ਰ ਨਿਬੇੜਨ ਵਾਸਤੇ। ਆਓ ਸਾਰੇ ਭੈਣ ਭਰਾ ਰਲ ਕੇ ਸਾਰੇ ਬੋਲਿਓ ਜੀ, ਆਪਾਂ ਸਿਮਨ ਕਰੀਏ, ਆਪਦੇ ਮਾਤਾ ਪਿਤਾ ਨੂੰ ਯਾਦ ਕਰੀਏ ਵੀ ਸੱਚੇ ਪਾਤਸ਼ਾਹ ਨਾਮ ਦੀ ਦਾਤ ਬਖਸ਼ ਦਿਓ ਅਤੇ ਜਨਮ ਮਰਨੀ ਖੰਡਨ ਹੋ ਜਾਏ। ਜਿਹਨੂੰ ਮਹਾਰਾਜ ਕਹਿੰਦੇ ਨੇ ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੈ। ਆਓ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ।
ਸਮਝਾਉਂਦੇ ਕਹਿੰਦੇ ਤਿਨਕਾ ਜਨਮ ਸਫਲ ਹੈ ਜੋ ਚੱਲੇ ਸਤਿਗੁਰ ਪਾਏ ਕੁੱਲ ਆਧਾਰੇ ਆਪਣਾ ਤਿੰਨ ਧੰਨ ਜਨੇਂਦੀ ਮਾਏ। ਇਹ ਜਦੋਂ ਸਿਮਰਨ ਕਰਦੇ ਹਾਂ ਆਪਾਂ ਸਤਿਗੁਰ ਦਾ ਹੀ ਬਾਣੀ ਵਿੱਚ ਚੱਲਦੇ ਹਾਂ। ਇਸ ਕਰਕੇ ਗੁਰਮੁਖ ਪਿਆਰਿਓ ਜਿਵੇਂ ਜਿਵੇਂ ਆਪ ਜੀ ਸਿਮਰਨ ਕਰੋਗੇ, ਜਿਵੇਂ ਦੇਖੋ ਥੋੜ੍ਹੇ ਜਿਹੇ ਅਭਿਆਸ ਦੀ ਲੋੜ ਹੁੰਦੀ ਲਗਾਤਾਰ, ਜਿਵੇਂ ਆਪਣਾ ਇਹ ਗੁਰੂ ਘਰ ਆ, ਮੈਨੂੰ ਜ਼ਿਆਦਾ ਨਹੀਂ ਪਤਾ ਇੱਥੋਂ ਦਾ ਕਮੇਟੀ ਦਾ ਕੀ ਸਿਸਟਮ ਹੈ, ਕੋਈ ਦੋ ਤਿੰਨ ਦਿਨ ਦਾ ਪ੍ਰੋਗਰਾਮ ਸਮਾਂ ਕੱਢ ਕੇ ਜੇ ਤੁਸੀਂ ਲੈ ਲਓ ਤਾਂ ਆਪਾਂ ਇੱਥੇ ਵੀ ਕਰ ਸਕਦੇ ਹਾਂ। ਨਹੀਂ ਤਾਂ ਆਪਣੇ ਕੋਲ ਦੋ ਗੁਰੂ ਘਰਾਂ ਦੀ ਸੇਵਾ ਹੈ, ਇੱਕ ਫਰੀਦਕੋਟ ਜੀ ਅਤੇ ਇੱਕ ਮਾਛੀਵਾੜਾ ਫਿਰੋਜ਼ਪੁਰ ਜੀ। ਉੱਥੇ ਕੱਲ੍ਹ ਹੀ ਸੁਬਾਹ 9 ਦਿਨ ਦਾ ਸਮਾਗਮ ਸਮਾਪਤ ਹੋਇਆ। ਉੱਥੇ ਕਾਫੀ ਵੱਡੇ ਹਾਲ ਨੇ, 94 ਫੁੱਟ ਚੌੜਾ, 200 ਫੁੱਟ ਲੰਬਾ ਏਸੀ ਕਰਦੇ ਹਾਲ। ਇਸੇ ਤਰ੍ਹਾਂ ਹੀ ਫਰੀਦਕੋਟ ਹੈ 88x70 ਦਾ, ਵੀ ਸੰਗਤ ਵੱਧ ਤੋਂ ਵੱਧ ਲਾਹਾ ਲੈ ਸਕੇ। ਉੱਥੇ ਹੁਣ ਅਗਲਾ ਪ੍ਰੋਗਰਾਮ ਵੱਡਾ ਜਿਹੜਾ ਹੋਊਗਾ 22-31 ਦਸੰਬਰ ਹੋਊਗਾ ਜੀ,
ਅਤੇ ਫਰੀਦਕੋਟ ਤਾਂ ਆਏ ਮਹੀਨੇ ਸੈਕਿੰਡ ਸੈਚਰਡੇ ਨੂੰ ਵਿੱਚ ਲੈ ਕੇ ਵੀਰਵਾਰ ਸ਼ਾਮ ਤੋਂ ਸ਼ੁਰੂ ਹੋ ਜਾਂਦਾ ਹੈ, ਵੀਰ ਸ਼ੁੱਕਰ ਸ਼ਨੀ ਅਤੇ ਐਤ ਨੂੰ ਸੁਬਾਹ ਸਮਾਪਤ ਹੋ ਜਾਂਦਾ ਹੈ। ਇਸ ਕਰਕੇ ਬੇਨਤੀ ਹੈ ਵੀ ਜਿਹੜੇ ਤਾਂ ਤੁਸੀਂ ਚਲੋ ਪਹੁੰਚ ਕੇ ਸਿੱਖ ਕੇ ਆ ਕੇ ਕਰੋ ਜੀ ਘਰ, ਇੰਨਾ ਹੀ ਬਸ ਆਪਣਾ ਤਾਂ ਹੈ। ਬਾਕੀ ਜੇ ਤੁਸੀਂ ਸਾਨੂੰ ਹੁਕਮ ਕਰੋ ਤਾਂ ਅਸੀਂ ਤੁਹਾਡੇ ਨੌਕਰ ਹੈ, ਆਪਾਂ ਵੀ ਚੱਲ ਕੇ ਤੁਹਾਡੇ ਕੋਲ ਆ ਸਕਦੇ ਹਾਂ। ਨਿਸ਼ਕਾਮ ਸੇਵਾ, ਕੋਈ ਦਿੱਕਤ ਨਹੀਂ, ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ, ਕੋਈ ਆਪਾਂ ਪ੍ਰਬੰਧ ਕਰਨਾ, ਪ੍ਰਬੰਧ ਤਾਂ ਆਪਣਾ ਹੈਗਾ ਹੀ ਹੈ, ਗੁਰੂ ਘਰ ਹੈ। ਸਿਰਫ ਇੱਕ ਹੀ ਮਨ ਦੀ ਇੱਛਾ ਹੈ ਵੀ ਵੱਧ ਤੋਂ ਵੱਧ ਆਪਾਂ ਗੁਰਬਾਣੀ ਗੁਰੂ ਦੇ ਹੁਕਮ ਨੂੰ ਸਮਝ ਕੇ ਉਹਨਾਂ ਨਾਲ ਜੁੜੀਏ, ਸੱਚ ਦੇ ਨਾਲ ਜੁੜੀਏ। ਇਸ ਕਰਕੇ ਹੁਣ ਜਦੋਂ ਤੁਸੀਂ ਸਿਮਰਨ ਕਰੋਗੇ ਨਾ ਜੀ, ਕੀ ਹੋਏਗਾ, ਇਸ ਤਰ੍ਹਾਂ ਜਦੋਂ ਤੁਸੀਂ ਬੋਲੋਗੇ ਵਾਹਿਗੁਰੂ ਵਾਹਿਗੁਰੂ, ਤੁਹਾਨੂੰ ਨੀਂਦ ਆਏਗੀ, ਤੁਸੀਂ ਦੇਹ ਛੱਡੋਗੇ, ਇਸ ਤਰ੍ਹਾਂ ਝਟਕੇ ਲੱਗਣਗੇ। ਸਮਝੋ ਤੁਹਾਡਾ ਰਸਤਾ ਸਹੀ ਚੱਲ ਰਿਹਾ, ਤੁਸੀਂ ਦੇਹ ਛੱਡਣ ਦੀ ਸਿੱਖ ਰਹੇ ਹੋ। ਇਹਨੂੰ ਕਹਿੰਦੇ ਨੇ ਮਰਨਾ। ਗੁਰਪ੍ਰਸ਼ਾਦੀ ਜੀਵਤ ਮਰੇ ਮਰ ਜੀਵੇ ਸ਼ਬਦ ਕਮਾਏ। ਫਿਰ ਕੀ ਹੋਊਗਾ, ਜਿੱਥੇ ਜਾ ਕੇ ਤੁਹਾਨੂੰ ਨੀਂਦ ਆਉਂਦੀ ਹੈ ਨਾ, ਉੱਥੋਂ ਤੁਸੀਂ ਜਾਗ ਪੋਗੇ, ਤੁਹਾਡੇ ਅੰਦਰੋਂ ਸ਼ਬਦ ਪ੍ਰਗਟ ਹੋਜੂ। ਇਸ ਤਰ੍ਹਾਂ ਜਿਵੇਂ ਭੈਣਾਂ ਝਾਂਜਰ ਪਾਉਂਦੀਆਂ ਨੇ ਬਾਂਸਰੀ ਦੀ ਆਵਾਜ਼, ਜਾਂ ਬਿੰਡਿਆਂ ਦੀ ਸੰਖ, ਢੋਲ, ਘੜਿਆਲ, ਤੁਸੀਂ ਦਰ 'ਤੇ ਪਹੁੰਚ ਜਾਓਗੇ। ਜਿਹਨੂੰ ਮਹਾਰਾਜ ਕਹਿੰਦੇ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬੇ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾਂ ਕੇਤੇ ਵਾਵਣ ਹਾਰੇ। ਫਿਰ ਉਸ ਦਰ 'ਤੇ ਬੈਠ ਕੇ ਤੁਸੀਂ ਸ਼ਬਦਾਂ ਨੂੰ ਸੁਣਨਾ। ਉੱਥੇ ਫਿਰ ਜਦੋਂ ਤੁਸੀਂ ਬੈਠੇ ਰਹੋਗੇ ਨਾ, ਇੱਕ ਬੜੀ ਪਿਆਰੀ ਆਵਾਜ਼ ਪ੍ਰਗਟ ਹੋਏਗੀ ਸਹਿਜ ਦੇ ਵਿੱਚ, ਜਿਹਨੂੰ ਆਪਾਂ ਸਹਿਜ ਧੁਨ ਕਹਿੰਦੇ। ਉਹ ਪਰਮਾਤਮਾ ਦੇ ਮੁੱਖ 'ਚੋਂ ਪ੍ਰਗਟ ਹੋਏਗੀ, ਜਿਹਨੂੰ ਮਹਾਰਾਜ ਕਹਿੰਦੇ ਤੇਰਾ ਮੁੱਖ ਸਹਾਵਾ ਜੀਓ ਸਹਿਜ ਧੁਨ ਬਾਣੀ, ਉਹਨੂੰ ਨਾਦ ਵੀ ਕਹਿੰਦਾ। ਉਹਦੀ ਨਿਸ਼ਾਨੀ ਇਹ ਹੈ ਵੀ ਉਹਦੇ 'ਚੋਂ ਅੰਮ੍ਰਿਤ ਆਏਗਾ, ਮਿੱਠਾ ਰਸ ਜਿਉਂ ਹੀ ਤੁਹਾਨੂੰ ਸੁਣੇਗੀ ਨਾ, ਉਹ ਨਾਲ ਅੰਮ੍ਰਿਤ ਚੱਲ ਪਏਗਾ ਤੁਹਾਡੇ ਅੰਦਰ, ਅਤੇ ਨਾਲ ਪ੍ਰਕਾਸ਼ ਹੋਏਗਾ, ਝਿਲਮਿਲ ਹੋਏਗੀ। ਜਿਸ ਨੂੰ ਮਹਾਰਾਜ ਕਹਿੰਦੇ ਜਹਿ ਅਨਹਦ ਸ਼ਬਦ ਵਜੰਤਾ ਤੈ ਝਿਲਮਿਲ ਕਾਰ ਦਸੰਤਾ। ਫਿਰ ਤੁਸੀਂ ਉਹਨੂੰ ਸੁਣਨਾ ਜੀ, ਜਦੋਂ ਸੁਣ ਲੱਗ ਪਏ ਸਮਝੋ ਆਪਣੀ ਭਗਤੀ ਸ਼ੁਰੂ ਹੋ ਗਈ। ਮਹਾਰਾਜ ਕਹਿੰਦੇ ਗੁਰਮੁਖ ਭਗਤ ਜਿਤ ਸਹਿਜ ਧੁਨ ਉਪਜੇ। ਬਸ ਬੈਠਿਆਂ ਸੁਣੀ ਜਾਣਾ, ਅੰਮ੍ਰਿਤ ਪੀ ਜਾਣਾ, ਹੌਲੀ ਹੌਲੀ ਨਾਮ ਨੇ ਸਾਡਾ ਆਧਾਰ ਬਣ ਜਾਣਾ ਜੀ, ਅਤੇ ਬਸ ਕਿਤੇ ਭੱਜਣ ਦੀ ਲੋੜ ਨਹੀਂ। ਜਿਵੇਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਹੈ ਵੀ ਸੱਚਾ ਨਾਮ ਮੇਰਾ ਆਧਾਰ ਹੋ, ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ। ਦੇਖੋ ਵਿਚਾਰਨ ਦੀ ਲੋੜ ਹੈ ਜੀ ਗੁਰਬਾਣੀ, ਪਹਿਲਾਂ ਜਾਂ ਤਾਂ ਸਾਨੂੰ ਸਮਝ ਨਹੀਂ ਆਈ, ਅਸੀਂ ਸਿਮਰ ਨਹੀਂ ਕੀਤਾ ਤਾਂ ਨਹੀਂ ਆਈ, ਜਾਂ ਮਹਾਰਾਜ ਕਹਿੰਦੇ ਵੀ ਕੋਈ ਗੁਰਮੁਖ ਨਹੀਂ ਮਿਲਿਆ, ਬਾਣੀ ਬਿਰਲੋਂ ਬਸਾ ਵਿਚਾਰ ਸੀ ਲਈ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ ਨਿੱਜ ਘਰ ਵਾਸਾ ਹੋਈ। ਇਸ ਕਰਕੇ ਜੀ ਜਿਵੇਂ ਜਿਵੇਂ ਆਪਾਂ ਨਾਮ ਨਾਲ ਜੁੜਾਂਗੇ ਸਦਾ ਵਾਸਤੇ ਸੁਖੀ ਹੋ ਜਾਵਾਂਗੇ। ਇਸ ਕਰਕੇ ਇਹਦੇ ਵਾਸਤੇ ਕੁਛ ਪਰਹੇਜ਼ ਨੇ, ਅਸੀਂ ਤਾਂ ਜੁੜ ਸਕਾਂਗੇ। ਪਰਹੇਜ਼ ਕੀ ਨੇ, ਜਿਹਦਾ ਅਸੀਂ ਦਿਹਾੜਾ ਮਨਾ ਰਹੇ ਨਾ, ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ। ਜਿਵੇਂ ਇਤਿਹਾਸ ਮੁਤਾਬਕ ਆਪਾਂ ਸੁਣਦੇ ਹਾਂ ਕਿ ਮੀਆਂ ਮੀਰ ਜੀ ਕਹਿੰਦੇ ਜੀ ਮੈਨੂੰ ਹੁਕਮ ਕਰੋ, ਉਹ ਕਹਿੰਦੇ ਨਹੀਂ ਪੁੱਤ ਨਹੀਂ, ਅਸੀਂ ਸਾਰਿਆਂ ਨੂੰ ਹੀ ਸੱਜਣ ਸਮਝ ਲਿਆ, ਅਤੇ ਸੱਜਣ ਕੁਛ ਵੀ ਕਰੇ ਸਾਨੂੰ ਉਹ ਵੀ ਮਨਜ਼ੂਰ ਹੈ। ਹੁਣ ਤੁਹਾਨੂੰ ਥੋੜ੍ਹੀ ਜਿਹੀ ਉਦਾਹਰਨ ਦੇ ਦਿੰਦਾ ਮੈਂ। ਸੰਸਾਰ ਦੇ ਵਿੱਚ ਕੋਈ ਜੀਵ ਆਪਦੇ ਧਰਮ ਤੋਂ ਗਿਰ ਜੇ, ਉਹਨੂੰ ਆਪਾਂ ਵੇਸ਼ਵਾ ਕਹਿੰਦੇ, ਅਤੇ ਅਕਸਰ ਹੀ ਜੀਵ ਉਹਨੂੰ ਨਫ਼ਰਤ ਕਰਦੇ ਆ, ਲੇਕਿਨ ਜਿਹੜਾ ਗੁਰਸਿੱਖ ਹੈ ਉਹ ਨਹੀਂ ਕਰਦਾ, ਕਿਉਂਕਿ ਉਹਨੂੰ ਮਾਲਕ ਨੇ ਜਾਗਤ ਅਵਸਥਾ 'ਚ ਲਿਆ ਤਾ, ਗਿਆਨ ਦਾ ਅੰਜਨ ਪਾਤਾ, ਜਿਹਨੂੰ ਮਹਾਰਾਜ ਕਹਿੰਦੇ ਗਿਆਨ
ਅੰਜਨ ਗੁਰਦੀਆ ਅਗਿਆਨ ਅੰਧੇਰ ਬਣਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਉਹਨੂੰ ਪਤਾ ਵੀ ਜਿਹੜੀ ਇਹ ਬੀਬੀ ਅਜਿਹਾ ਕਾਰਜ ਕਰਦੀ ਹੈ, ਪਿਛਲੇ ਜਨਮ 'ਚ ਆਦਮੀ ਸੀ ਲੇਕਿਨ ਇਹਦੀ ਇਸਤਰੀ ਸੁੰਦਰ ਸੀ, ਜਿਹਨੂੰ ਮਹਾਰਾਜ ਕਹਿੰਦੇ ਨਾ ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨ ਬਾਜੀ ਹਾਰੀ। ਅਤੇ ਇਹਨੇ ਪਰਮਾਤਮਾ ਨੂੰ ਨਹੀਂ ਯਾਦ ਕੀਤਾ, ਮਨ 'ਚ ਨਾਮ ਨਹੀਂ ਵਸਾਇਆ। ਇਸ ਕਰਕੇ ਜਦੋਂ ਇਹਦਾ ਅੰਤ ਸਮਾਂ ਆਇਆ ਤਾਂ ਇਸਤਰੀ ਵਿਰਾਗ ਕਰਦੀ ਸੀ ਵਿਚਾਰੀ, ਅਤੇ ਇਹਦਾ ਧਿਆਨ ਉੱਧਰ ਚਲੇ ਗਿਆ। ਮਹਾਰਾਜ ਕੀ ਕਹਿੰਦੇ, ਕਹਿੰਦੇ ਅੰਤ ਕਾਲ ਜੋ ਇਸਤਰੀ ਸਿਮਰੇ, ਐਸੀ ਚਿੰਤਾ ਮੇ ਜੋ ਮਰੇ, ਬੇਸਵਾ ਜੁਲਮੇ ਵੱਲ ਵੱਲ ਉਤਰੇ। ਜਿਹੜਾ ਗੁਰਸਿੱਖ ਹੈ ਉਹ ਉਸ ਮਾਲਕ ਦਾ ਧੰਨਵਾਦ ਕਰੇ ਕਿ ਮਹਾਰਾਜ ਕਿਰਪਾ ਰੱਖਿਓ, ਸਾਨੂੰ ਨਾਮ ਨਾਲ ਜੋੜੀ ਰੱਖਿਓ, ਕਿਤੇ ਸਾਡਾ ਧਿਆਨ ਨਾ ਬਦਲ ਜੇ। ਜੇ ਪੁੱਤ ਵੱਲ ਚਲੇ ਗਿਆ ਤਾਂ ਸੂਰ ਬਣ ਜਾਂਗੇ। ਅੰਤ ਕਾਲ ਜੋ ਲੜਕੇ ਸਿਮਰੇ, ਐਸੀ ਚਿੰਤਾ ਮੇ ਜੋ ਮਰੇ, ਸੂਕਰ ਜੁਲਮੇ ਵੱਲ ਵੱਲ ਉਤਰੇ। ਇਸ ਕਰਕੇ ਜੀ ਆਪਾਂ ਜਦੋਂ ਇਹਨਾਂ ਦੇ ਦਰ 'ਤੇ ਆਉਣਾ ਨਾ, ਇੱਕੋ ਹੀ ਮੰਗ ਰੱਖਣੀ, ਮਹਾਰਾਜ ਬਿੰਤੋ ਤੋਂ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇਹੋ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਇਹ ਗੁਰੂ ਸਾਹਿਬ ਨੇ ਇਹੋ ਜਿਹੀ ਕਠਿਨ ਸ਼ਹੀਦੀ ਦੇ ਕੇ ਸਾਡੇ ਵਾਸਤੇ ਪੂਰਨੇ ਪਾ ਦੇ ਨੇ। ਅਤੇ ਨਾਲੇ ਦੇਖੋ ਤੱਤੀ ਤਵੀ 'ਤੇ ਬੈਠੇ ਕਹਿ ਰਹੇ ਨੇ, ਤੇਰਾ ਭਾਣਾ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਜਿਵੇਂ ਜਿਵੇਂ ਆਪਾਂ ਸਿਮਰਨ ਕਰਾਂਗੇ ਨਾ ਆਪਣਾ ਮਨੋਬਲ ਵਧੇਗਾ, ਅਤੇ ਨਹੀਂ ਤਾਂ ਆਪਾਂ ਨਿੱਕੀ ਨਿੱਕੀ ਗੱਲ 'ਤੇ ਡੋਲ ਜਾਂਗੇ। ਜੇ ਕੋਈ ਕਹੇਗਾ ਜੀ ਉੱਥੇ ਮੱਥਾ ਟੇਕਾ, ਉਹ ਟੇਕ ਆਉਣੇ ਆ ਜੀ, ਕੋਈ ਕਹੇਗਾ ਇੱਥੇ ਜਾ ਆਉਣੇ ਆ ਜੀ। ਕਿਉਂਕਿ ਜਿੰਨਾ ਚਿਰ ਸਾਨੂੰ ਸੰਗਤ ਨਹੀਂ ਮਿਲਦੀ ਉਨਾ ਚਿਰ ਸਾਨੂੰ ਗਿਆਨ ਨਹੀਂ ਆਉਂਦਾ। ਜਿਵੇਂ ਜਿਵੇਂ ਸਿਮਰਨ ਕਰੋਗੇ, ਮਹਾਰਾਜ ਕਹਿੰਦੇ ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਈ, ਫਿਰ ਮਨ ਜਾਗੇਗਾ। ਹੁਣ ਜਿਵੇਂ ਜਿਵੇਂ ਤੁਸੀਂ ਨਾਮ ਨੂੰ ਸੁਣੋਗੇ, ਅੰਮ੍ਰਿਤ ਪੀਓਗੇ, ਭਗਤੀ ਸ਼ੁਰੂ ਹੋਵੇਗੀ, ਫਿਰ ਅੱਗੇ ਤੁਹਾਨੂੰ ਤੁਹਾਡੇ ਅੰਦਰੋਂ ਸੁਗੰਧੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ, ਬੜੀ ਪਿਆਰੀ। ਇੰਨਾ ਆਨੰਦ ਆਏਗਾ ਕਿ ਜਿਹਨੂੰ ਆਪਾਂ ਬਿਆਨ ਨਹੀਂ ਕਰ ਸਕਦੇ। ਇਹੋ ਜਿਹੀ ਸੁਗੰਧੀ ਆਪਾਂ ਨੂੰ ਸੰਸਾਰ ਦੇ ਵਿੱਚ ਦੇਖਣ ਨੂੰ ਨਹੀਂ ਮਿਲੇਗੀ। ਉਸ ਤੋਂ ਅੱਗੇ ਫਿਰ ਸ਼ਬਦ ਵੀ ਸ਼ਾਂਤ ਹੋ ਜਾਏਗਾ, ਉੱਥੋਂ ਪ੍ਰਕਾਸ਼ ਆਉਣਾ ਸ਼ੁਰੂ ਹੋ ਜਾਏਗਾ। ਉਹ ਸਾਡਾ ਪਿਤਾ ਸ਼ੀਸ਼ੇ ਵਾਂਗੂ ਸਾਫ਼ ਪ੍ਰਕਾਸ਼ ਰੂਪ, ਜਿਸ ਕਾਰਜ ਆਏ ਸੀ ਜੀ ਆਪਣਾ ਮਕਸਦ ਪੂਰਾ ਹੋ ਗਿਆ। ਬਸ ਇੰਨਾ ਜਦੋਂ ਆਪਾਂ ਕੰਮ ਕਰ ਲਿਆ ਤਾਂ ਫਿਰ ਮਹਾਰਾਜ ਕਹਿੰਦੇ ਦਰਗਾਹ ਦੇ ਵਿੱਚ ਥਾਂ ਮਿਲ ਜਾਏਗੀ, ਅਤੇ ਸਾਡਾ ਪਿਤਾ ਜਦੋਂ ਜਾਵਾਂਗੇ ਘੁੱਟ ਕੇ ਕਾਲਜ ਨਾਲ ਲਾਵੇਗਾ, ਜਿਹਨੂੰ ਮਹਾਰਾਜ ਕਹਿੰਦੇ ਨੇ ਜੋ ਜਨ ਹਰ ਪ੍ਰਭ ਹਰ ਹਰ ਸਰਨਾ, ਤਿੰਨ ਦਰਗਾਹ ਹਰ ਹਰ ਦੇ ਵਡਿਆਈ, ਧੰਨ ਧੰਨ ਸ਼ਾਬਾਸ਼ ਕਹੇ ਪ੍ਰਭ ਜਨ ਕੋ, ਜਨ ਨਾਨਕ ਮੇਲ ਲਏ ਗੱਲ ਆਈ। ਅਤੇ ਸੋ ਆਪਣਾ ਇਤਿਹਾਸ ਆਪਣੇ ਵਾਸਤੇ ਪੂਰਨੇ ਨੇ ਜੀ। ਦੇਖੋ ਬੱਚਿਆਂ ਦੇ ਟੋਟੇ ਕਰਾ ਕੇ ਗਲਾਂ 'ਚ ਪਵਾ ਲਏ, ਕੀ ਨਹੀਂ ਕੀਤਾ, ਲੇਕਿਨ ਗੁਰੂ ਨਹੀਂ ਛੱਡਿਆ। ਇਸ ਕਰਕੇ ਸ਼ਬਦ ਸਾਡਾ ਗੁਰੂ ਹੈ, ਜਿਹਨੂੰ ਮਹਾਰਾਜ ਕਹਿੰਦੇ ਸ਼ਬਦ ਗੁਰੂ ਸੁਰ ਤੁਨ ਚੇਲਾ। ਅਤੇ ਹੁਣ ਆਪਾਂ ਨੂੰ ਮਹਾਰਾਜ ਨੇ ਸਮਝਾਤਾ ਵੀ ਇਹ ਸਾਰਾ ਸੰਸਾਰ ਉਸ ਪਰਮਾਤਮਾ ਦਾ ਰੂਪ ਹੈ, ਅਤੇ ਕਿਹਨੂੰ ਨਜ਼ਰ ਆਉਂਦਾ ਹੈ, ਜਿਹਨੂੰ ਪੂਰਾ ਸਤਿਗੁਰ ਮਿਲ ਜੇ। ਮਹਾਰਾਜ ਕੀ ਸਮਝਾਉਂਦੇ ਨੇ, ਇਹ ਵੇ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਜਦੋਂ ਅਸੀਂ ਸੰਗਤ ਕਰਾਂਗੇ ਸਾਡੀ ਦਿੱਤ ਦ੍ਰਿਸ਼ਟੀ ਹੋ ਜਾਏਗੀ, ਸਾਨੂੰ ਸਾਰਿਆਂ ਦੇ ਅੰਦਰ ਸਾਰਿਆਂ ਦੇ ਮਸਤਕ 'ਤੇ ਬੈਠਾ ਹੋਇਆ ਉਹ ਪਰਮਾਤਮਾ ਨਜ਼ਰ ਆਏਗਾ। ਜਿਸ ਤਰ੍ਹਾਂ ਭਾਈ ਕਨ੍ਹਈਆ ਜੀ, ਦੇਖੋ ਉਹਨਾਂ ਦੀ ਉਦਾਹਰਨ ਆਪਣੇ ਕੋਲ, ਮਹਾਰਾਜ ਕਹਿੰਦੇ ਉਰ ਧਾਰੇ ਅੰਤਰ ਜੋ ਨਾਮ
ਸਰਬ ਮੈਂ ਪੇਖੇ ਭਗਵਾਨ, ਨਿਮਕ ਨਿਮਕ ਠਾਕੁਰ ਨਮਸਕਾਰੇ, ਨਾਨਕ ਉਹ ਅਪਰਸ ਸਗਨ ਸਤਾਰੇ। ਇਸ ਕਰਕੇ ਜੀ ਅੱਜ ਆਪਾਂ ਸਾਰਿਆਂ ਨੇ ਹੁਣ ਜਦੋਂ ਅਰਦਾਸ ਹੋਏਗੀ, ਬੇਨਤੀ ਹੋਏਗੀ, ਸਾਰਿਆਂ ਨੇ ਮਹਾਰਾਜ ਦੇ ਚਰਨਾਂ 'ਚ ਕਹਿਣਾ, ਬੇਨਤੀ ਕਰਨੀ, ਸੱਚੇ ਪਾਤਸ਼ਾਹ ਅਗਲੇ ਸ਼ਹੀਦੀ ਦਿਹਾੜੇ ਤੱਕ ਸਾਨੂੰ ਵੀ ਨਾਮ ਨਾਲ ਜੋੜ ਦਿਓ, ਅਸੀਂ ਵੀ ਸਹਿਜ ਜਾਵੜੀਏ, ਇਹ ਜਿਹੜੀ ਅਗਨ ਹੈ ਇਹ ਵੀ ਬੋਝੇ। ਇਸ ਕਰਕੇ ਜੇ ਅਸੀਂ ਇਹ ਖੇਡ ਨਾ ਸਮਝਾਂਗੇ, ਸਭ ਤੋਂ ਨੇੜੇ ਦੀ ਅਗਨ ਪਰਿਵਾਰ, ਮਹਾਰਾਜ ਕਹਿੰਦੇ ਅਗਨ ਕਟੰਬ ਸਾਗਰ ਸੰਸਾਰ ਅੱਗੇ ਸੰਸਾਰ, ਅਸੀਂ ਕਹਾਂਗੇ ਪਰਿਵਾਰ ਦੇ ਮੈਂਬਰ ਸਾਡੇ ਅਨੁਸਾਰ ਚੱਲਣ, ਅਤੇ ਇਹ ਅੰਦਰੇ ਬੈਠੇ ਪੰਜੇ ਇਹਨਾਂ ਨੇ ਚੱਲਣ ਨਹੀਂ ਦੇਣੇ, ਅਤੇ ਭਰਾ ਭਰਾ ਦਾ, ਧੜਾ ਨੌਂ ਸੱਸ ਦਾ, ਸਹੁਰੇ ਜਵਾਈ ਦਾ, ਆਂਢ ਗੁਆਂਢ ਸਮਾਜ, ਇਹ ਅਗਿਆਨਤਾ ਕਰਕੇ ਧੜੇ ਨੇ। ਅਤੇ ਜਦੋਂ ਆਪਾਂ ਸਿਮਰਨ ਕਰਾਂਗੇ ਤਾਂ ਪਤਾ ਲੱਗ ਜਾਏਗਾ ਵੀ ਲੜਨਾ ਕਿਸ ਵਾਸਤੇ ਭਾਈ, ਕੁਝ ਸਮੇਂ ਵਾਸਤੇ ਇਕੱਠੇ ਹੋਏ ਫਿਰ ਵਿਛੋੜਾ ਪੈ ਜਾਣਾ, ਪੱਕਾ ਸਦਾ ਵਾਸਤੇ ਤਾਂ ਆਪਾਂ ਜੁੜੇ ਹੀ ਨਹੀਂ, ਫਿਰ ਸਾਡਾ ਜਿਹੜਾ ਮਨ ਸਹਿਜ 'ਚ ਆਏਗਾ। ਸੋ ਹੁਣ ਸਮਾਂ ਹੋ ਗਿਆ ਜੀ, 2 ਮਿੰਟ ਵਾਸਤੇ ਆਪਾਂ ਸਿਮਰਨ ਕਰਕੇ ਸਮਾਪਤੀ ਕਰਦੇ ਹਾਂ ਜੀ। ਆਓ ਸ਼ਾਬਾਸ਼ ਕਰੋ ਜੀ ਸ਼ੁਰੂ। ਵਾਹਿਗੁਰੂ, 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 ਵ
ਚੈਨਲ ਵੀ ਹੈ ਭਾਈ ਲਖਵੀਰ ਸਿੰਘ ਫਰੀਦਕੋਟ, ਆਪ ਜੀ ਉਹ 'ਤੇ ਵੀ ਸੁਣ ਸਕਦੇ ਹੋ। ਬਸ ਦੂਸਰੀ ਬੇਨਤੀ ਤੁਹਾਡੇ ਚਰਨਾਂ 'ਚ ਇਹ ਹੈ, ਪੰਜਵੇਂ ਪਾਤਸ਼ਾਹ ਦਾ ਜੋ ਆਪਾਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ, ਸੰਸਾਰ ਦੇ ਬੇਸ਼ਤੇ ਦੱਸਦੇ ਆ ਜੀ, ਉਹਨਾਂ ਦੀ ਉਮਰ ਕਰੀਬ 43 ਸਾਲ ਸੀ ਅਤੇ ਮੇਰੀ ਉਮਰ ਮੈਨੂੰ 54 ਸਾਲ ਲੱਗ ਗਿਆ ਜੀ। ਮੈਂ ਤਾਂ ਇਹ ਸਮਝਦਾ ਵੀ 10 ਸਾਲ ਮਹਾਰਾਜ ਨੇ ਬੋਨ ਸੀਗੇ ਅਤੇ ਗਾਂ ਨਹੀਂ ਪਤਾ ਕਿੰਨਾ ਸਮਾਂ ਹੈ। ਇਸ ਕਰਕੇ ਦਿਨ ਰਾਤ ਹੀ ਕਰ ਰਹੇ ਹਾਂ ਵੀ ਜਿੰਨਾ ਹੋ ਸਕੇ ਆਪਾਂ ਗੁਰਬਾਣੀ ਗੁਰੂ ਦੇ ਲੜ ਲੱਗ ਸਕੀਏ, ਇਸ ਤੋਂ ਵੱਡਾ ਸੁੱਖ ਹੈ ਨਹੀਂ। ਇਸ ਕਰਕੇ ਆਪਾਂ ਇਹਨਾਂ ਨੂੰ ਆਪਦਾ ਧੜਾ ਬਣਾ ਲਈਏ, ਦੂਜੇ ਧੜੇ ਸਾਰੇ ਛੱਡ ਦਿਓ ਮੇਰੇ ਵੀਰ, ਕਿਸੇ ਮਨੁੱਖ ਦੀ ਟੇਕ ਨਾ ਰੱਖੋ, ਇਹ ਤੁਹਾਡੇ ਚਰਨਾਂ 'ਚ ਬੇਨਤੀ ਆ। ਮਹਾਰਾਜ ਕਹਿੰਦੇ ਨੇ, ਕਲਯੁਗ ਮੇਂ ਧੜੇ ਪੰਜ ਚੋਰ ਝਗੜਾਏ, ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਧਾਏ, ਜਿਸ ਨੂੰ ਕਿਰਪਾ ਕਰੇ ਅਤੇ ਸਤ ਸੰਗ ਮਿਲਾਏ, ਹਮਰਾ ਹਰ ਧੜਾ ਜਿੰਨੇ ਧੜੇ ਸਭ ਗਵਾਏ। ਜਿਵੇਂ ਜਿਵੇਂ ਨਾਮ ਜਪਾਂਗੇ ਸਭ ਧੜੇ ਖਤਮ। ਜਦੋਂ ਦੇਣ ਵਾਲਾ ਹੀ ਪਰਮਾਤਮਾ, ਤੁਸੀਂ ਵੇਖੋ ਕੋਈ ਦੂਸਰਾ ਜੀਵ ਆਪਾਂ ਨੂੰ ਜਦੋਂ ਸਵਾਸ ਹੀ ਨਹੀਂ ਦੇ ਸਕਦਾ ਤਾਂ ਫਿਰ ਅਸੀਂ ਕਿਸੇ ਦੀ ਆਸ ਕਿਉਂ ਰੱਖੀਏ। ਜੇ ਸਵਾਸ ਹੈ ਤਾਂ ਹੀ ਰੋਟੀ ਖਾਵਾਂਗੇ ਨਾ, ਜੇ ਸਾਹ ਨਹੀਂ ਤਾਂ ਖੇਡ ਹੀ ਖਤਮ ਹੋ ਗਿਆ। ਇਸ ਕਰਕੇ ਗੁਰੂ ਪਿਆਰਿਓ, ਇਹ ਸਰੀਰ ਨੂੰ ਤਾਂ ਅਖੀਰ ਅੱਗ ਲੱਗਣੀ ਹੈ, ਦਾ ਸੰਸਕਾਰ ਹੋਣਾ। ਇਸ ਕਾਇਮ ਦੇ ਹੁੰਦਿਆਂ ਹੁੰਦਿਆਂ ਇਹ ਲਾਹਾ ਵੱਧ ਤੋਂ ਵੱਧ ਖੱਟ ਲਈਏ। ਜਦੋਂ ਤੁਸੀਂ ਤੁਰੋ, ਇੱਕ ਪੈਰ 'ਤੇ ਵਾਹੇ, ਦੂਸਰੇ 'ਤੇ ਗੁਰੂ। ਮੇਰੀਆਂ ਭੈਣਾਂ ਨੂੰ ਬੇਨਤੀ, ਕਿਉਂਕਿ ਤੁਹਾਡੇ ਹੱਥ 'ਚ ਖੁਰਾਕ ਦਾ ਪ੍ਰਬੰਧ ਹੈ, ਜਦੋਂ ਤੁਸੀਂ ਸਿਮਰਨ ਕਰਨਾ ਹੈ, ਅੰਤਰਗਤ ਕਰਨਾ, ਇੱਕ ਮੁੱਕੀ 'ਤੇ ਵਾਹੇ, ਦੂਜੀ 'ਤੇ ਗੁਰੂ ਨਿਗਾਹ ਵਿੱਚ ਰੱਖਣੀ ਹੈ। ਆਟਾ ਗੁੰਨਦਿਆਂ ਪ੍ਰਸ਼ਾਦਾ ਬਣਾਉਂਦੇ, ਕਿਉਂਕਿ ਜਿਹੜੀ ਇਸਤਰੀ ਹੈ ਇਸ ਦੇ ਵਿੱਚ ਮਾਲਕ ਨੇ ਇੱਕ ਐਸਾ ਗੁਣ ਪਾਇਆ, ਉਸ ਪਰਮਾਤਮਾ ਨੂੰ ਪਿਆਰ ਦੀ ਮੂਰਤ ਕਹਿੰਦੇ ਹੈ। ਉਸ ਤੋਂ ਬਾਅਦ ਜੇਕਰ ਪਿਆਰ ਦੀ ਮੂਰਤ ਹੈ ਤਾਂ ਉਹ ਇਸਤਰੀ ਹੈ, ਚਾਹੇ ਉਹ ਮਾਂ ਹੈ, ਚਾਹੇ ਉਹ ਭੈਣ ਹੈ, ਚਾਹੇ ਉਹ ਪਤਨੀ ਹੈ, ਚਾਹੇ ਉਹ ਧੀ ਹੈ।
ਇਹਨਾਂ ਦਾ ਮਾਲਕ ਨੇ ਹਿਰਦਾ ਕੋਮਲ ਬਣਾਇਆ। ਜੇ ਘਰ 'ਚ ਗਮੀ ਹੋਏਗੀ ਸਭ ਤੋਂ ਵੱਧ ਮਹਿਸੂਸ ਕਰਦੀਆਂ ਨੇ, ਰੋਣਾ ਸ਼ੁਰੂ ਕਰ ਦਿੰਦੀਆਂ ਨੇ, ਖੁਸ਼ੀ ਹੋਏਗੀ ਨੱਚਣਾ ਸ਼ੁਰੂ ਕਰ ਦਿੰਦੀਆਂ ਨੇ। ਇਹਨਾਂ ਦਾ ਹਿਰਦਾ ਹੀ ਐਸਾ ਹੈ। ਇਸ ਕਰਕੇ ਜਦੋਂ ਸਿਮਰਨ ਕਰਦੀਆਂ ਬੜੀ ਛੇਤੀ ਮਨ ਨਿਰਮਲ ਹੋ ਜਾਂਦਾ। ਅਤੇ ਐਸੀਆਂ ਬੀਬੀਆਂ ਦੇ ਹਫ਼ਤਾ ਪ੍ਰਸ਼ਾਦਾ, ਘਰ ਦੇ ਵਿੱਚੋਂ ਜਿੰਨਾ ਮਰਜ਼ੀ ਨਸ਼ਾ ਹੋਵੇ, ਜਿੰਨਾ ਮਰਜ਼ੀ ਕਲੇਸ਼ ਹੋਵੇ, ਜਿਵੇਂ ਜਿਵੇਂ ਉਹ ਜੀਵ ਛਕਣਗੇ ਉਹਨਾਂ ਦੇ ਮਨ ਨੂੰ ਸ਼ਾਂਤੀ ਆਉਂਦੀ ਜਾਏਗੀ। ਸੋ ਇਹੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਜੀ, ਈਰਖਾ ਨਿੰਦਿਆ ਚੁਗਲੀ ਤੋਂ ਬਚ ਕੇ ਰਹਿਣਾ ਜੀ। ਇੰਨੇ ਵਿਚਾਰ ਕਰਦਿਆਂ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਜਾਂ ਕੋਈ ਗੁਰਬਾਣੀ ਗੁਰੂ ਦਾ ਸ਼ਬਦ ਦਾ ਉਚਾਰਨ ਸਹੀ ਨਾ ਹੋਇਆ ਹੋਵੇ, ਸੰਗਤ ਅਤੇ ਗੁਰੂ ਬਖਸ਼ਣ ਯੋਗ ਹੈ ਜੀ, ਦਾਸ ਤੁਹਾਡਾ ਬੱਚਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।